hati pati nanku pati pati. ਜਿਉਂ ਬੁਲਾਵ ਹੈ ਤਿਉਂ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਦਸ ਗਾਇਓ ਗੁਰੂ ਪ੍ਰਗਤੀ ਪਤਿਆਰ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰਦਾਤਾ ਹਰਮਨ ਕੁਦਰ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਉੱਚਾ ਪਦਮ ਅਪਾਰ ਕੀ ਮਹਿਮਾ ਗੁਮ ਹੈ ਜਾ ਕਥੇ ਕਥਨ ਹਾਰ ਗੁਰ ਕੀ ਮਹਿਮਾ ਗੁਮ ਹੈ ਜਾ ਕਥੇ ਕਥਨ ਹਾਰ ਆਪ ਗੁਰੂ ਦੇਵ ਦੇ ਚਰਨਾਂ ਵਿੱਚ ਫਤਿਹ ਬੁਲਾ ਕੇ ਸਾਰੇ ਮਹਾਨ ਦਰਬਾਰ ਵਿੱਚ ਹਾਜ਼ਰ ਦਿਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਨੇ ਬੇਅੰਤ ਮਿਹਰਾਂ ਕੀਤੀਆਂ ਹਨ, ਸਾਨੂੰ ਸੋਹਰਾਂ ਨੂੰ ਦਰਸ਼ਨ ਦਿਨਾਂ ਦੇ ਵਕਤ 'ਚ ਨਿਹਾਲ ਕੀਤਾ ਹੈ। ਗੁਰੂ ਜੀ ਪਾਵਨ ਪਵਿੱਤਰ ਬਾਣੀ ਦਾ ਪ੍ਰਤੀਕ ਸਰਵਣ ਕੀਤਾ ਸਾਰਿਆਂ ਨੇ। ਜਦੋਂ ਢਾਡੀ ਸਿੰਘ ਬਾਰਾਂ ਗਾ ਰਹੇ ਸੀ ਤਾਂ ਉਹਨਾਂ ਦੀ ਬਾਰਾਂ ਸੁਣ ਕੇ ਮੈਂ ਸੰਗਤ ਦੇ ਦਰਸ਼ਨ ਕਰਨ ਆਇਆ, ਉਦੋਂ ਮੇਰੇ ਮਨ ਦੇ ਵਿੱਚ ਹੋਰ ਖਿਆਲ ਆ ਗਏ ਵੀ ਸੰਗਤ ਨਾਲ ਆਹ ਸਾਂਝੀ ਪੀ ਲਈ, ਅਤੇ ਜਦੋਂ ਭਾਈ ਸਾਹਿਬ ਬੋਲ ਕੇ ਗਏ ਨੇ ਹੋਰ ਖਿਆਲ ਆਏ, ਅਤੇ ਜਦੋਂ ਸਵਰਾ ਸਾਹਿਬ ਬੋਲਦੇ ਨੇ ਭਾਈ ਭਗਤ ਰਵਦਾਸ ਜੀ ਦੀ ਬਾਣੀ ਦਾ ਦੱਸਿਆ, ਸਾਰੇ ਖਿਆਲ ਬਣ ਗਏ ਵੀ ਅੱਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਕੰਮ ਆ ਰਿਹਾ। ਸੋ ਗੁਰੂ ਦੀ ਸੰਗਤ ਦੇ ਵਿੱਚ ਆਉਂਦਿਆਂ ਆਉਂਦਿਆਂ ਗੁਰੂ ਦਾਨ ਦਿੰਦਾ ਹੈ, ਜੋ ਕੁਛ ਬੋਲਣਾ ਹੈ ਜੋ ਕੁਛ ਸੁਣਾਉਣਾ ਗੁਰੂ ਨੇ, ਇਹ ਸਤਿਗੁਰੂ ਦੀ ਕਿਰਪਾ ਹੁੰਦੀ। ਭਗਤ ਰਵਿਦਾਸ ਉਹ ਮਹਾਨ ਆਤਮਾ ਹੈ, ਉਹ ਮਹਾਨ ਗੁਰੂ ਹੈ ਧਰਤੀ ਦੇ ਵਿੱਚ, ਜਿਹਨੂੰ ਵਾਹਿਗੁਰੂ ਨੇ ਨੀਵੇਂ ਘਰ ਦੇ ਵਿੱਚ ਜਨਮ ਦੇ ਕੇ ਸਾਡੇ ਸੰਗਤਾਂ ਤਾਜ ਹੁੰਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਵਚਨ ਹਨ, ਨੀਚਾ ਅੰਦਰ ਨੀਚ ਜਾਤ ਨੀਚੀ ਹਿੰਮਤ ਨੀਚ ਨਾਨਕ ਤੇ ਸੰਗ ਸਾਥ ਵੱਡਿਆਂ ਸੰਗ ਪਿਆਰੀ। ਮੈਂ ਨੀਵਿਆਂ ਤੋਂ ਨੀਵਾਂ, ਮੇਰੀ ਮਿੱਤਰਤਾ ਹੈ ਜਿਹੜੀ ਉਹ ਨੀਵਿਆਂ ਦੇ ਨਾਲ, ਸਤਿਗੁਰੂ ਨੀਵਿਆਂ ਨੂੰ ਉੱਤੇ ਚੁੱਕਣ ਆਏ। ਅਤੇ ਦੇਖੋ ਤੁਸੀਂ ਗੁਰੂ ਸਾਹਿਬਾਨ ਦਾ ਦਾਤ ਜਿਹੜਾ ਦਾਨ ਦਿੱਤਾ ਹੋਇਆ, ਜਦੋਂ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਸਜਾਇਆ ਬਣਾਇਆ ਹੈ ਸਤਿਗੁਰੂ ਜੀ ਨੇ, ਗੁਰੂ ਨਾਨਕ ਸਾਹਿਬ ਨੇ ਉੱਥੇ ਚਰਨ ਪਾਏ, ਗੁਰੂ ਅਮਰਦਾਸ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨ ਪਏ, ਤਾਂ ਦੁਨੀਆਂ ਦੇ ਸਾਰੇ ਧਰਮ ਮੰਦਰਾਂ ਦੇ ਵਿੱਚੋਂ ਵਿਲੱਖਣਤਾ ਹਰਿਮੰਦਰ ਸਾਹਿਬ ਦੀ ਇਹ ਹੈ ਵੀ ਉਹਦੇ ਵਿੱਚ ਜਦੋਂ ਜਾਣਾ ਹੋਵੇ ਤਾਂ ਪੌੜੀਆਂ ਉੱਤਰ ਕੇ ਨੀਵੇਂ ਹੋ ਕੇ ਜਾਂਦੇ। ਹਰਿਮੰਦਰ ਸਾਹਿਬ ਦੇ ਅੰਦਰ ਜਦ ਦਰਸ਼ਨ ਕਰਨ ਜਾਵਾਂ ਨਾ, ਪੌੜੀਆਂ ਉੱਤਰ ਕੇ ਨੀਵੇਂ ਹੋ ਕੇ ਜਾਈਏ। ਜਦੋਂ ਵਾਹਿਗੁਰੂ ਦੇ ਦਰ 'ਤੇ ਜਾਣਾ, ਹੱਥ ਬੰਨ੍ਹ ਕੇ ਝੋਲੀ ਅੱਡ ਕੇ ਨੀਵੇਂ ਹੋ ਕੇ ਨਿਮਰਤਾ ਧਾਰਨ ਕਰਕੇ ਜਾਣਾ, ਪਰ ਦੂਜੇ ਪਾਸੇ ਜਦੋਂ ਅਨੰਦਪੁਰ ਸਾਹਿਬ ਜਾਂਦੇ ਜਿੱਥੇ ਖਾਲਸਾ ਸਾਜਿਆ, ਉਹ ਪਹਾੜ ਦੀ ਚੋਟੀ ਦੇ ਉੱਤੇ ਸਾਜਿਆ। ਅਕਾਲ ਤਖ਼ਤ ਹੈ ਜਿਹੜਾ ਉਹ ਉੱਚਾ ਥੜਾ ਸਾਜਿਆ, ਮੁਗਲਾਂ ਦੇ ਥੜੇ ਨਾਲੋਂ ਉੱਚਾ ਸਾਜਿਆ ਹੈ। ਸੋ ਇਹਦਾ ਕਾਰਨ ਕੀ ਹੈ ਵੀ ਜਦੋਂ ਨਿਮਰਤਾ ਧਾਰਨ ਕਰ ਲਈ, ਨਿਮਰਤਾ ਧਾਰਨ ਦਾ ਮਤਲਬ ਇਹ ਨਹੀਂ ਵੀ ਲੋਕਾਂ ਦੇ ਜੁੱਤੀਆਂ ਖਾਈ ਜਾਂਦੀਆਂ, ਨਿਮਰਤਾ ਦਾ ਮਤਲਬ ਇਹ ਨਹੀਂ ਵੀ ਗਰੀਬੀ ਹੈ, ਗਰੀਬੀ ਧਾਰਨ ਕਰਕੇ ਰੇਤ ਤੋਂ ਪੁੱਟ ਖਾਈ ਜਾਣੀ। ਜਦੋਂ ਸ਼ਕਤ ਧਾਰਨ ਕਰ ਲਏ ਤਾਂ ਆਪਣੀ ਅਰਥ ਨੂੰ ਕਾਇਮ ਕਰਨ ਲਈ ਸਦਾ ਸੁਰਤ ਨੂੰ ਉੱਚੀ ਰੱਖਣਾ ਹੈ। ਤਾਂ ਸਤਿਗੁਰੂ ਜੀ ਨੇ ਖਾਲਸੇ ਨੂੰ ਸਾਜਿਆ ਜਿਹੜਾ ਉਹ ਟਿੱਬੇ ਦੇ ਉੱਤੇ ਹੈ, ਹਰਿਮੰਦਰ ਦੇ ਜਿਹੜਾ ਅਨੰਦਪੁਰ ਸਾਹਿਬ ਦਾ ਜਿਹੜੀ ਹੈ ਉੱਚਾ ਟਿੱਬਾ ਟਿੱਲਾ, ਉਹਦੇ ਉੱਤੇ ਬੈਠ ਕੇ ਖਾਲਸੇ ਨੂੰ ਸਾਜਿਆ ਵੀ ਖਾਲਸਾ ਮੇਰਾ ਸਦਾ ਉੱਚੀ ਸੁਰਤ ਦਾ ਮਾਲਕ ਸ਼ਕਤਧਾਰੀ ਰਹੇਗਾ। ਇਹ ਦਬਾਇਆ ਕਿਸੇ ਦਾ ਦਬੇਗਾ, ਕਿਸੇ ਦਾ ਦਬਾਇਆ ਨਹੀਂ ਹੋਵੇਗਾ। ਅਤੇ ਨੀਚਾ ਹੈ ਯੂਜ ਕਰੇ ਮੇਰਾ ਗੋਬਿੰਦ ਕਾਬੂ ਤੇਰਾ ਡਰ, ਨੀਵਿਆਂ ਨੂੰ ਉੱਚਾ ਕਰਨ ਵਾਲਾ ਵਾਹਿਗੁਰੂ। ਜਿਸ ਸ਼ਰਧਾਲੂ ਦਾ ਜਿਗਿਆਸੂ ਦਾ ਅਕੀਦਾ ਵਿਸ਼ਵਾਸ ਹੈ ਜਿਹੜਾ ਇਸ ਗੱਲ 'ਤੇ ਆ ਗਿਆ ਅਤੇ ਸਤਸੰਗ ਤੁਹਾਨੂੰ ਨੀਵਿਆਂ ਤੋਂ ਵੀ ਉੱਚੇ ਚੁੱਕਣ ਵਾਲਾ ਗੁਰੂ ਆਪ, ਦੁਨੀਆਂ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਉਹਨੂੰ ਕੋਈ ਨਹੀਂ ਨੀਵਾਂ ਕਰ ਸਕਦਾ।
ਸੋ ਭਗਤ ਅਰਦਾਸ ਜੀ ਦਾ ਜਿਹੜਾ ਪ੍ਰਕਾਸ਼ ਹੈ, ਅੱਜ ਵੀ ਸਾਡੇ ਅੰਦਰ ਇਹ ਬਿਮਾਰੀ ਚੱਲਦੀ ਨਹੀਂ ਹੈ। ਭਾਵੇਂ ਗੁਰੂ ਸਾਹਿਬਾਨ ਨੇ ਦਾਤ ਦੇ ਦਿੱਤਾ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਣ ਹੋ, ਮਨੁੱਖ ਦੀ ਜਾਤ ਸਾਰੀ ਇੱਕ ਹੈ ਪਰ ਸਾਡੇ ਅੰਦਰ ਜਾਂਦੀ ਨਹੀਂ ਹੈ, ਇਹ ਗੱਲ ਗਈ ਨਹੀਂ ਹੈ। ਜਿਹੜੇ ਗਿਆਨੀ ਦਿੱਤ ਸਿੰਘ ਸਨ, ਇਹ ਸਾਡੀ ਕੌਮ ਦੇ ਉਹ ਮਹਾਨ ਵਿਦਵਾਨ ਸਾਧੂ ਨੇ, ਜਦੋਂ ਲੋਕਾਂ ਨੂੰ ਘਰਾਂ ਦੇ ਵਿੱਚ ਲੱਕ ਪੂਜਣਾ ਨਹੀਂ ਸੀ ਆਉਂਦਾ ਸੀ, ਉਦੋਂ ਇਸ ਮਹਾਂਪੁਰਖ ਨੇ ਚਾਰ ਕਿਤਾਬਾਂ ਲਿਖ ਦਿੱਤੀਆਂ ਸਨ। ਸੰਨ 1890-91 ਦੇ 19ਵੀਂ ਸਦੀ ਦੇ ਵਿੱਚ ਚਾਰ ਕਿਤਾਬਾਂ ਲਿਖ ਕੇ ਇਹਨੇ ਪ੍ਰਚਾਰ ਸ਼ੁਰੂ ਕੀਤਾ ਸੀ ਸਿੱਖੀ ਦਾ। ਔਰ ਇਹ ਏਡਾ ਭਾਰਾ ਵਿਦਵਾਨ ਸੀ ਇਹ ਕਿ ਸੰਸਕ੍ਰਿਤ ਦਾ ਵਿਦਵਾਨ ਆਪਾਂ ਅਜੇ ਤੱਕ ਉੱਡਾ ਵਿਦਵਾਨ ਨਹੀਂ ਦੇ ਸਕੇ। ਭਾਈ ਤਾਂ ਭਾਈ ਵੀਰ ਸਿੰਘ ਹੈਗੇ ਹੋਣੀ ਨੇ ਜਿਹੜੇ ਇਹਨਾਂ ਬੜਾ ਜਨਮ ਦਿੱਤਾ, ਇਹ ਤਾਂ ਬਾਅਦ 'ਚ ਆਏ ਨੇ। ਅਤੇ ਉਸ ਸਮੇਂ ਦੇ ਵਿੱਚ ਜਿਹੜਾ ਸਵਾਮੀ ਦਯਾਨੰਦ ਸੀ ਇਹ ਸੰਸਕ੍ਰਿਤ ਦਾ ਵਿਦਵਾਨ ਹੈ, ਵੇਦਾਂ ਨੂੰ ਦੁਬਾਰਾ ਹਿੰਦੁਸਤਾਨ ਦੇ ਵਿੱਚ ਸਤਿਕਾਰ ਕਰਾਉਣ ਵਾਲਾ ਇਹਨੂੰ ਹਿੰਦੂ ਮੰਨਦੇ ਨੇ। ਇਹਨੇ ਇੱਥੋਂ ਤੱਕ ਬੇਵਕੂਫੀ ਕੀਤੀ ਸੇਵਾ ਕਰਨਾ, ਮੈਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ, ਜਿੰਨੇ ਭਾਈ ਵੀਰ ਸਿੰਘ ਨੇ ਜਿਹੜਾ ਉਹਨਾਂ ਨੇ ਵੀ ਇਹ ਗੱਲ ਲਿਖੀ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਇਹਦੇ ਬਾਰੇ, ਕਹਿੰਦੇ ਦਯਾਨੰਦ ਬਾਰੇ ਲਿਖਣ ਲੱਗੇ ਮੇਰੀ ਕੰਨ ਥਰ ਥਰ ਕੰਬਦੀ। ਇਹਨੇ ਇੰਨੀ ਜ਼ਹਿਰ ਮਹਾਂਪੁਰਖਾਂ ਬਾਰੇ ਉਹਨੂੰ ਉਗਲੀ ਹੈਗਾ ਕਿ ਉਹ ਵਰਣਨ ਕਰਨ ਤੋਂ ਬਾਹਰ ਹੈ। ਹੁਣ ਸਲਮਾਨ ਰਸ਼ਦੀ ਹੈ ਜਿਹੜਾ ਮੁਸਲਮਾਨ ਹੈ, ਇੰਡੀਆ ਦੇ ਵਿੱਚ ਜੰਮਿਆ, ਇੰਗਲੈਂਡ ਦੇ ਵਿੱਚ ਜਾ ਕੇ ਹਜ਼ਰਤ ਮੁਹੰਮਦ ਸਾਹਿਬ ਦੇ ਬਾਰੇ ਜਿਹੜੇ ਬੋਲਿਆ, ਤੁਸੀਂ ਵੀ ਸੁਣਿਆ ਹੋਣਾ, ਜਿਹੜੀਆਂ ਨੇ ਸੈਟਨਿਕ ਵਰਸ ਜਿਹੜੀਆਂ ਨੇ ਲਿਖਿਆ ਕਿਤਾਬ ਲਿਖੀ ਹੈ। ਇਹਨੇ ਹਜ਼ਰਤ ਮੁਹੰਮਦ ਸਾਹਿਬ ਬਾਰੇ ਏਡੇ ਵੱਡੇ ਪੈਗੰਬਰ ਬਾਰੇ ਬਹੁਤ ਝੂਠ ਬੋਲਿਆ, ਬਹੁਤ ਦੁਖਦਾਈ ਇਹਨੇ ਗੱਲਾਂ ਕੀਤੀਆਂ ਨੇ। ਅਤੇ ਆਪ ਫਿਰ ਪ੍ਰੋਟੈਕਸ਼ਨ ਦੇ ਵਿੱਚ ਇੰਗਲੈਂਡ ਦੀ, ਉਸਨੇ ਪ੍ਰੋਟੈਕਸ਼ਨ ਦਿੱਤੀ, ਇੰਗਲੈਂਡ ਦੇ ਵਿੱਚ ਦੁਖਿਆ ਬੈਠਾ ਰਿਹਾ। ਕਿੱਧਰ ਦੀ ਸਿਆਣਪ ਹੈ, ਜਿਹੜੇ ਦੁਨੀਆਂ ਦੇ ਤਾਜ ਹੁੰਦੀਆਂ ਨੇ, ਦੁਨੀਆਂ ਕੱਚ ਖਾਤਰ ਕੁਛ ਕੀਤਾ ਹੈ, ਉਹਨਾਂ ਖਾਤਰ ਤੁਸੀਂ ਦੋ ਗੁਲਾਮੀ ਦੇ ਬੰਦੇ ਨੇ ਜਿਹੜੇ, ਉਹਨਾਂ ਖਾਤਰ ਉਹਨਾਂ ਦੀ ਗੁਲਾਮੀ ਕਰਨ ਲੱਗ ਜਾਂਦੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਕਬੀਰ ਜੀ ਦਾ ਵਚਨ ਆਇਆ ਹੈ, ਆਪਣਾ ਦੇਹ ਜ਼ਰੂਰ ਭਗ ਪਾਨੀ ਤੇ ਨਿੰਦਾ ਜੇ ਗੰਗਾ ਆਨੀ। ਆਪ ਤਾਂ ਕਿਸੇ ਨੂੰ ਇੱਕ ਚੂੜੀ ਭਰ ਪਾਣੀ ਨਹੀਂ ਦੇ ਸਕਦਾ ਬੰਦਾ, ਤੇ ਨਿੰਦਿਆ ਉਹਦੀ ਕਰਮ ਉੱਠਣ ਲੱਗ ਜਾਂਦਾ ਜਿਹੜੇ ਗੰਗਾ ਹੀ ਲਿਆਉਂਦੇ ਨੇ। ਜਿਹੜੇ ਇੰਨਾ ਪਰ ਪਰਉਪਕਾਰ ਦੁਨੀਆਂ ਤੇ ਕਰ ਦਿੰਦੇ ਨੇ, ਉਹਨਾਂ ਖਾਤਰ ਉਹਨਾਂ ਦੀ ਨਿੰਦਿਆ ਕਰਨ ਖਾਤਰ ਮਨੁੱਖ ਉੱਠ ਖੜਦਾ, ਇਹ ਅਫਸੋਸ ਵਾਲੀ ਗੱਲ ਹੈ। ਸੋ ਉਸ ਦਯਾਨੰਦ ਨੇ ਕੀ ਕੀਤਾ, ਗੁਰੂ ਗ੍ਰੰਥ ਸਾਹਿਬ ਸੰਸਕ੍ਰਿਤ ਦਾ ਵਿਦਵਾਨ ਹੋਣ ਕਰਕੇ ਉਹਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਨੇ ਜਿਹੜੇ ਉਹਨਾਂ ਨੂੰ ਸੰਸਕ੍ਰਿਤ ਆਉਂਦੀ ਨਹੀਂ ਸੀ, ਸੇਵਾ ਕਰਨਾ ਸੱਚੇ ਪਾਤਸ਼ਾਹ ਆਪ ਸੰਗਤ ਹੋ ਸਤਿਗੁਰੂ ਦੀ, ਮੈਂ ਉਹ ਗੱਲਾਂ ਜਿਹੜੀਆਂ ਉਹਨੇ ਲਿਖੀਆਂ ਉਹ ਦਰਸਾ ਰਿਹਾ ਤੁਹਾਨੂੰ ਵੀ। ਉਹਨੇ ਕਿੱਡੀ ਦੁਖਦਾਈ ਗੱਲ ਕੀਤੀ ਕਿ ਅਸਲ 'ਚ ਲਫ਼ਜ਼ ਗੁਰੂ ਨਾਨਕ ਸਾਹਿਬ ਨੇ ਭਾਉ ਲਿਖਿਆ, ਭਾਉ ਲਫ਼ਜ਼ ਨਹੀਂ ਸੀ, ਸੰਸਕ੍ਰਿਤ ਦਾ ਭਾਏ ਲਫ਼ਜ਼ ਹੈ, ਉਹਨਾਂ ਨੂੰ ਆਉਂਦੀ ਨਹੀਂ ਸੀ, ਉਹਨਾਂ ਨੇ ਦੱਸ ਲਿਖ ਦਿੱਤਾ। ਬਾਅਦ ਦੇ ਵਿੱਚ ਡਾਕਟਰ ਸਾਹਿਬ ਸਿੰਘ ਹੋਰ ਜਿਹੜੇ ਵਿਦਵਾਨ ਹੋਏ ਨੇ, ਉਹਨਾਂ ਨੇ ਇਹ ਸਿੱਧ ਕਰਕੇ ਦਿਖਾ ਦਿੱਤਾ ਵੀ ਗੁਰੂ ਨਾਨਕ ਸਾਹਿਬ ਨੇ ਇਹ ਲਫ਼ਜ਼ ਜਿਹੜਾ ਲਿਖਿਆ ਠੀਕ ਲਿਖਿਆ, ਸੰਸਕ੍ਰਿਤ ਤੋਂ ਵਿੱਚੋਂ ਨਹੀਂ, ਗੁਰੂ ਨਾਨਕ ਮਹਾਰਾਜ ਦੀ ਆਪਣੀ ਕਾਢ ਹੈ। ਔਰ ਉਹਦਾ ਨਿੰਦਕ ਦਾ ਹਾਲ ਕੀ ਹੋਇਆ ਕਿ ਗਿਆਨੀ ਦਿੱਤ ਸਿੰਘ ਸੀ ਜਿਹੜੇ ਸਾਡੀ ਕੌਮ ਦੇ ਵਿੱਚ, ਉਹਦਾ ਇਹ ਮਤ ਸੀ ਵੀ ਜੇ ਜਿਹਦੇ ਨਾਲ ਜਿਹਨੇ ਮੇਰੇ ਨਾਲ ਗੱਲ ਕਰਨੀ, ਬਹਿਸ ਕਰਨੀ, ਜਿਹੜਾ ਹਾਰ ਗਿਆ ਉਹਨੂੰ ਥੱਲੇ ਧਰਤੀ ਦੇ ਉੱਤੇ ਮੇਰੇ ਸਾਹਮਣੇ ਬੈਠਣਾ ਪਊ, ਕੁਰਸੀ ਦੇ ਉੱਤੇ ਬਿਠਾ ਲੈਂਦਾ ਸੀ। ਗਿਆਨੀ ਦਿੱਤ ਸਿੰਘ ਨੇ ਜਲੰਧਰ ਦੇ ਵਿੱਚ, ਲਾਹੌਰ ਦੇ ਵਿੱਚ ਤਿੰਨ ਵਾਰ ਉਹਦੇ ਨਾਲ ਬਹਿਸ ਕੀਤੀ, ਤਿੰਨ ਵਾਰ ਧਰਮ ਦੇ ਨਾਂ ਦੇ ਉੱਤੇ ਉਹਦੀ ਬਹਿਸ ਜਿਹੜੀ ਹੁਣ ਵੀ ਛੱਪੀ ਹੋਈ ਪ੍ਰਿੰਟਡ ਡਾਕੂਮੈਂਟਡ ਮਿਲਦੀ ਹੈ ਸਾਨੂੰ, ਤਿੰਨ ਵਾਰ ਬਹਿਸ ਕੀਤੀ ਉਹਨੂੰ, ਉਹ ਨੀਵੀਂ ਜਾਤ ਦੇ ਵਿੱਚੋਂ ਜਿਵੇਂ ਆਪਾਂ ਕਹਿੰਦੇ ਹਾਂ ਨਾ, ਨੀਵੀਂ ਜਾਤ ਦੇ ਵਿੱਚੋਂ ਸਜਿਆ ਹੋਇਆ ਸਿੱਖ ਸੀ, ਪਰ ਹੈ ਬੜੀ ਉੱਚੀ ਮਤ ਵਾਲਾ ਸੀ। ਅਤੇ ਤਿੰਨ ਵਾਰ ਉਹਨੇ ਹਰਾ ਦਿੱਤਾ ਗਿਆ ਜੀ ਜਿਹੜੇ ਸੀ ਗਿਆਨੀ ਦਿੱਤ ਸਿੰਘ ਨੇ ਸਵਾਮੀ ਦਯਾਨੰਦ ਨੂੰ, ਉਹਨੂੰ ਮੁਸਲਮਾਨ ਬੈਠੇ ਸੀ ਕੋਲ, ਹਿੰਦੂ ਬੈਠੇ ਸੀ, ਉਹ ਕਹਿੰਦੇ ਵੀ ਹੁਣ ਕੁਰਸੀ ਤੋਂ ਉੱਤਰ ਕੇ ਥੱਲੇ ਆ ਕੇ ਬਹਿ ਜਾ, ਤੇਰੇ ਕੋਲ ਕਹਿਣ ਨੂੰ ਤਾਂ ਕੁਛ ਹੈ ਨਹੀਂ, ਹੁਣ ਥੱਲੇ ਕਹਿੰਦੇ ਬਹਿਦਾ ਆ ਕੇ, ਐਡਾ ਢੀਠ ਕਹਿਣ ਲੱਗਿਆ ਵੀ ਜਾ ਜਾ ਕੇ ਦੁਨੀਆਂ ਤੋਂ, ਕਹਿੰਦੇ ਅਸੀਂ ਹਾਰ ਗਏ। ਤਿੰਨ ਵਾਰ ਉਹਦੀ ਬੇਇੱਜ਼ਤੀ ਹੋਈ ਸੀ, ਉਹਦੀ ਹਾਰ ਹੋਈ, ਮੁੜ ਕੇ ਪਹਿਲਾਂ ਤਾਂ ਉਹ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਰੌਲਾ ਪਾਉਣ ਲੱਗ ਗਏ, ਗੁਰੂ ਸਾਹਿਬ ਦੀ ਨਿੰਦਾ ਕਰਨ ਲੱਗ ਗਏ ਸੀ। ਉਹਦੇ ਬੋਲਣ ਤੋਂ ਬਾਅਦ ਫਿਰ ਉਹ ਪੰਜਾਬ ਦੇ ਵਿੱਚ ਆਉਣਾ ਪੜੇ। ਅਤੇ ਸਾਡੀ ਕੌਮ ਹੈ ਜਿਹੜੀ, ਹਾਰ ਸਾਡਾ ਕੀ ਹੈ, ਸਿੱਖ ਐਜੂਕੇਸ਼ਨਲ ਕਾਨਫਰੰਸ ਇਹ ਖਾਲਸਾ ਦੀਵਾਨ ਜਿਹੜਾ ਹੈ
ਅੰਮ੍ਰਿਤਸਰ ਵਾਲੇ ਇਹ ਲਵਾਕੇ ਕਰਦੇ ਨੇ। ਇਹਨਾਂ ਨੇ ਸਿੱਖ ਐਜੂਕੇਸ਼ਨ ਕਾਨਫਰੰਸ ਹਰੇਕ ਸਾਲ ਹੁੰਦੀ ਹੁੰਦੀ ਸੀ, ਇੱਕ ਸਾਲ ਅੰਮ੍ਰਿਤਸਰ ਦੇ ਵਿੱਚ ਹੋਈ। ਉੱਥੇ ਇਹਨਾਂ ਨੇ ਪ੍ਰਧਾਨ ਦੇ ਭਾਸ਼ਣ ਦੇ ਲਈ, ਕਿੱਥੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜਾਂਦੇ ਸੀ, ਪ੍ਰੋਫੈਸਰ ਪੂਰਨ ਸਿੰਘ ਜਾਂਦਾ ਸੀ, ਵੱਡੇ ਵੱਡੇ ਵਿਦਵਾਨ, ਵੱਡੇ ਵੱਡੇ ਮਹਾਂਪੁਰਖ ਅਤੇ ਸਭ ਉਹਨਾਂ ਸਭਾਵਾਂ ਦੇ ਵਿੱਚ ਸੱਦੇ ਹੁੰਦੇ ਸਨ। ਸੋ ਉਸ ਸਮੇਂ ਉਹਨਾਂ ਨੇ ਭਾਈ ਸਾਹਿਬ ਉਹਨਾਂ ਸਾਰਿਆਂ ਨੇ ਸ਼੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖਾਂ ਨੂੰ ਸੱਦਿਆ। ਉਹ ਆਪਣੀ ਕੌਮ ਦੇ ਵਿੱਚ ਬੜੇ ਨਾਮਰਸੀ ਮਹਾਂਪੁਰਖ ਹੋਏ। ਸੋ ਉਹਨਾਂ ਨੂੰ ਸੱਦਿਆ, ਜਦੋਂ ਉਹ ਦਰਬਾਰ ਦੇ ਵਿੱਚ ਵੜਨ ਲੱਗੇ ਤਾਂ ਗੇਟ ਬਣਿਆ ਹੋਇਆ ਸੀ ਬੜਾ ਸੋਹਣਾ, ਤਾਂ ਗੇਟ ਦੇ ਬਾਹਰ ਗਿਆਨੀ ਜਿੱਤ ਸਿੰਘ ਬੈਠਾ, ਏਡਾ ਵੱਡਾ ਵਿਦਵਾਨ ਜਿਹਨੇ ਦਯਾਨੰਦ ਦੀ ਵੀ ਨੱਕ ਨਾਲ ਲਕੀਰਾਂ ਕਢਾ ਦਿੱਤੀਆਂ, ਅਤੇ ਉਹ ਵਿਦਵਾਨ ਬਾਹਰ ਬੈਠਾ ਅਤੇ ਸੰਤ ਅਤਰ ਸਿੰਘ ਮਹਾਰਾਜ ਦੀ ਆਉਂਦਿਆਂ ਦੀ ਨਿਗਾਹ ਉਹਦੇ 'ਤੇ ਪਈ ਅਤੇ ਸਾਰੀ ਸੰਗਤ ਮਗਰ ਹੈ, ਸਾਰਾ ਇਕੱਠ ਮੂਹਰੇ ਲੈਣ ਆ ਰਿਹਾ ਮਹਾਂਪੁਰਖਾਂ ਨੂੰ, ਅਤੇ ਮਹਾਂਪੁਰਖ ਉਹ ਮਹਾਂਪੁਰਖ ਜਾ ਕੇ ਉਹਨਾਂ ਦੀ ਕੋਲ ਫੜ ਦੇ, ਕਹਿੰਦੇ ਜਿੱਤ ਸਿਆ ਤੂੰ ਇੱਥੇ ਬੈਠਾ। ਉਹਨੇ ਚਰਨਾਂ 'ਤੇ ਨਮਸਕਾਰ ਕੀਤੀ, ਹੱਥ ਜੋੜ ਕੇ ਕਹਿਣ ਲਿਆ, ਕਹਿੰਦਾ ਮਹਾਂਪੁਰਸ਼ੋ ਤੁਸੀਂ ਜਾਣੀ ਜਾਣ ਹੋ, ਕਹਿੰਦਾ ਮੈਨੂੰ ਅੰਦਰ ਵੜਨ ਦੀ ਆਗਿਆ ਨਹੀਂ, ਕਹਿੰਦਾ ਮੈਨੂੰ ਅੰਦਰ ਵੜਨ ਦੀ ਆਗਿਆ ਨਹੀਂ, ਸਿੱਖਾਂ ਦੀ ਐਜੂਕੇਸ਼ਨ ਕਾਨਫਰੰਸ ਹੋਵੇ ਅਤੇ ਉਹਨੂੰ ਅੰਦਰ ਵੜਨ ਦੀ ਆਗਿਆ ਨਹੀਂ। ਅਤੇ ਸੰਤ ਅਤਰ ਸਿੰਘ ਮਸਤੂਆਣਾ ਦੇ ਕਹਿੰਦੇ ਲੋਕਾਂ ਨੇ ਹੰਝੂ ਦੇਖੇ, ਉਹਨਾਂ ਦੀਆਂ ਅੱਖਾਂ 'ਚੋਂ ਪਰਲ ਭਰ ਹੰਝੂ ਚੱਲਦੇ ਦੇਖੇ, ਕਹਿੰਦੇ ਮੇਰੀ ਕੌਮ ਨੂੰ ਕਾਹਦਾ ਕਲਾਊ, ਮੇਰੀ ਕੌਮ ਦੇ ਅੰਦਰੋਂ ਇਹ ਜਾਤ ਪਾਤ ਦੀਆਂ ਜੂਆਂ ਕਦ ਨਿਕਲਣਗੀਆਂ। ਅਕਾਲ ਤਖਤ ਨੇ ਇਹ ਆਦੇਸ਼ ਕੱਢਿਆ ਹੋਇਆ, ਆਪਾਂ ਕਿੰਨਾ ਮੰਨਿਆ ਉਹ ਕਹਿੰਦੇ ਅਸੀਂ ਵੀ ਅਕਾਲ ਤਖਤ ਨੂੰ ਅਸੀਂ ਸਾਰੇ ਮੰਨਦੇ, ਅਕਾਲ ਤਖਤ ਨੇ ਕੱਢਿਆ ਵੀ ਇਹ ਪ੍ਰਮਾਣ ਕੱਢਿਆ ਹੋਇਆ ਆਦੇਸ਼ ਆਇਆ ਅਕਾਲ ਤਖਤ ਵਿੱਚ, ਕੋਈ ਵੀ ਸਿੱਖ ਆਪਣੇ ਨਾਂ ਦੇ ਨਾਲ ਜਾਤ ਗੋਤ ਨਾ ਲਾਵੇ। ਕਿੰਨੇ ਥਾਂ ਜਿਹੜੇ ਆਪਣੇ ਨਾਂ ਦੇ ਨਾਲ ਜਾਤ ਗੋਤ ਅਸੀਂ ਛੱਡ ਦਿੱਤਾ, ਪਰ ਇਹ ਨਾਲ ਤੁਸੀਂ ਦੇਖ ਲਓ ਹਰੇਕ ਨਾਂ ਨਾਲ ਲੱਗਿਆ ਹੋਇਆ। ਅਰ ਅੜ ਮਾਂ ਨਾਲ ਕਹਿਣਾ ਮੇਰਾ ਜਿਹੜਾ ਲਾਸਟ ਨੇ ਆਹ, ਇੱਥੇ ਸਿੱਖੀ ਅਸੀਂ ਗੁਰੂ ਦੀ ਗੱਲ ਕਿੱਥੇ ਮੰਨਦੇ। ਸੋ ਇਹ ਭਗਤ ਰਵਿਦਾਸ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਦਰ ਹੋਣਾ, ਇਹ ਉਹਨਾਂ ਲੋਕਾਂ ਦੇ ਮੂੰਹ ਦੇ ਉੱਤੇ ਚਪੇੜ ਹੈ, ਇਹੋ ਜਿਹਾ ਕਰਾਰਾ ਥੱਪੜ ਹੈ ਜਿਹੜੇ ਜਾਤ ਪਾਤ ਨੂੰ ਮੰਨਦੇ। ਅਤੇ ਜੇ ਆਪਾਂ ਜਾਤ ਪਾਤ ਨੂੰ ਮੰਨੀਏ ਵੀ ਤੂੰ ਨੀਵੇਂ ਥਾਂ ਤਾਂ ਉਹ ਚਲ ਤੈਨੂੰ ਕੋਈ ਅਸੀਂ ਪੁੱਛਦੇ ਨਹੀਂ ਹੈ, ਅਤੇ ਭਗਤ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਦਰ 'ਤੇ ਆ ਕੇ ਮੱਥਾ ਟੇਕਣਾ, ਇਹ ਉਹ ਗੱਲ ਹੈ ਜਿਹੜੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਤੁਫਾ ਜਾ। ਜਿਹੜਾ ਸਲਾਮ ਵੀ ਕਰੇ ਅਤੇ ਮਗਰੋਂ ਕਿ ਕੁਸ਼ਚਨ ਵੀ ਕਰਦੇ ਵੀ ਮੈਂ ਤੇਰੀ ਅਥੋਰਿਟੀ ਨੂੰ ਮੰਨਦਾ ਨਹੀਂ ਹੈ, ਉਸ ਬੰਦੇ ਨੂੰ ਤੁਸੀਂ ਕੀ ਕਰੋਗੇ, ਉਹਨੂੰ ਗੁਰੂ ਜੀ ਕਹਿੰਦੇ ਨੇ ਮੁੱਢੋਂ ਤੁਫਾ ਜਾ, ਇਹ ਤੂੰ ਉੱਜੜੇ ਗਿਆ ਮੂਲੋਂ ਹੀ ਖਤਮ ਹੋ ਗਿਆ, ਤੇਰਾ ਜੰਮਣ ਦਾ ਧਰਤੀ ਦੇ ਉੱਤੇ ਕੀ ਫਲ ਹੋਇਆ, ਕੀ ਫਾਇਦਾ ਹੋਇਆ ਤੇਰਾ ਧਰਤੀ ਦੇ ਉੱਤੇ ਆਉਣ। ਸੋ ਇਹ ਭਗਤ ਰਵਿਦਾਸ ਜੀ ਨੂੰ ਵੱਡਾ ਦਾਨ ਹੈ ਜਿਹੜਾ, ਤੁਸੀਂ ਦੇਖੋ ਗੁਰੂ ਬਾਣੀ ਪੜ੍ਹ ਕੇ ਦੇਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ, ਤੁਸੀਂ ਅੱਜ ਵੀ ਪਿੰਡਾਂ ਦੇ ਵਿੱਚ ਦੇਖੋ ਬਾਣੀ ਦੇ ਵਿੱਚ ਕਿੰਨੀ ਇੱਜ਼ਤਾਂ ਦਿੱਤੀ ਹੈ, ਪਿੰਡਾਂ ਦੇ ਵਿੱਚ ਦੇਖੋ ਜਾ ਕੇ ਕਿ ਜੇ ਸਾਡੇ ਘਰ ਨੀਵੀਂ ਜਾਤਦਾ ਜੇ ਇਹਨਾਂ ਨੂੰ ਚਾਹ ਪਾ ਦਈਏ ਉਹਦੇ ਗਲਾਸ ਦੇ ਵਿੱਚ ਅੱਗ ਪਾ ਕੇ ਫੇਰ ਉਸ ਗਲਾਸ ਨੂੰ ਪਕਾ ਦਿਓ, ਘਰ ਦੀਆਂ ਸਾਰੀਆਂ ਸੜੀਆਂ ਹੋਈਆਂ ਰੋਟੀਆਂ, ਬੇਹੀਆਂ ਰੋਟੀਆਂ, ਸੜੀ ਹੋਈ ਬੁਸੀ ਹੋਈ ਦਾਲ, ਉਹਨੂੰ ਕਹਿੰਦੇ ਉਹ ਖੁੰਜੇ 'ਤੇ ਬੈਠ ਕੇ ਖਾ ਲਓ, ਉਹਦਾ ਹਾਲ ਹੁੰਦਾ। ਵੱਡੇ ਵੱਡੇ ਹੌਤੀ ਆਪਣੇ ਆਪ ਨੂੰ ਜ਼ਿਮੀਂਦਾਰ ਕਹਿਣ ਵਾਲੇ ਜਾਇਦਾਦਾਂ ਦੇ ਮਾਲਕ ਕਹਿਣ ਵਾਲੇ ਹੁੰਦੇ, ਜਦੋਂ ਕਿ ਜ਼ਮੀਨ ਰਹਿ ਗਈ ਹੈ ਅਜੇ ਵੀ ਸਾਡੇ ਮਨ ਦੇ ਵਿੱਚੋਂ ਹੰਕਾਰ ਜਾਂਦੇ ਨੇ, ਕਿੱਦਾਂ ਕਿੱਦਾਂ ਜ਼ਮੀਨ ਰਹਿ ਗਈ ਹੈ। ਹੈ ਅਤੇ ਪਿੰਡਾਂ ਦੇ ਵਿੱਚ ਲੋਕ ਨੇ ਜਿਹੜੇ ਜਿਵੇਂ ਭਈਏ ਚੱਕੀ ਫਿਰਦੇ ਨੇ, ਗੁੱਛੀਆਂ ਐਂ ਚੱਕੀ ਫਿਰਦੇ ਨੇ ਸੜਕਾਂ ਦੇ ਉੱਤੇ ਲਾ ਕੇ, ਫਿਰ ਵੀ ਸਾਡੇ ਮੰਦਰੋਂ ਹੰਕਾਰ ਮੰਨਦਾ ਜਾਂਦਾ, ਨਸ਼ਿਆਂ ਨਾਲ ਗਲੇ ਪਏ ਨੇ, ਫਿਰ ਵੀ ਗੁਰੂ ਦੀ ਆਪਾਂ ਗੱਲ ਮੰਨਣ ਨੂੰ ਤਿਆਰ ਨੇ ਵੀ ਹਾਂ ਮੈਂ ਬੜਾ 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 ਵੱਡਾ ਜਾਇਦਾਦ ਦਾ ਮਾਲਕ, ਮੈਂ ਮਿਲਖਾਂ ਵਾਲਾ, ਮੈਂ ਜ਼ਮੀਰ ਦਾ ਵੀਰ ਦਾ ਵੱਡਾ ਵੱਡਾ ਹਾਂ, ਕੌਣ ਵੱਡਾ ਮਾਇਆ ਵਡਿਆਈ। ਮਹਾਰਾਜ ਕਹਿੰਦੇ ਨੇ ਇਹ ਮਾਇਆ ਤੇਰੇ ਨਾਲ ਜਾਣ ਵਾਲੀ ਨਹੀਂ, ਮਾਇਆ ਦੀ ਵਡਿਆਈ ਹੈ, ਇਹਨੂੰ ਲਾਹ ਕੇ ਸਿੱਟ ਦੇ। ਰਾਵਣ ਨਾਲੋਂ ਤਾਂ ਨਹੀਂ ਕੋਈ ਵੱਡਾ, ਤੇ ਮਹਾਰਾਜ ਕਹਿੰਦੇ ਨੇ ਲੰਕਾ ਗੜ ਸੋਨੇ ਦਾ ਪਿਆ ਮੂਰਖ ਰਾਵਣ ਕਿਆ ਨਹੀਂ ਪਿਆ, ਸਾਰੀ ਲੰਕਾ ਰਾਵਣ ਨੇ ਸੋਨੇ ਦੀ ਜਿਹੜੀ ਹੈ ਖੋਹ ਲਈ ਸੀ,
ਕੁਬੇਰ ਤੋਂ ਸਾਰੀ ਲੰਕਾ ਖੋਲ੍ਹੀ ਸੀ, ਸੋਨੇ ਦੀ ਲੰਕਾ ਸੀ ਉਹਦੀ, ਸੋਨੇ ਦੇ ਭਾਂਡੇ 'ਚ ਖਾਣ ਵਾਲਾ, ਚੰਦ ਸੂਰਜ ਤੱਕ ਰਾਜੇ ਇੰਦਰ ਤੱਕ ਉਹਨੇ ਬੰਦੀ ਬਣਾ ਲਏ ਸੀ ਆਪਣੇ, ਇੰਨਾ ਵੱਡਾ ਜਰਨੈਲ ਸੀ ਉਹ। ਅਤੇ ਮਹਾਰਾਜ ਦਾ ਫੈਸਲਾ ਕੀ ਹੈ ਬਾਣੀ ਦੇ ਵਿੱਚ, ਸਾਰੇ ਅਸੀਂ ਪੈਸੇ ਇਕੱਠੇ ਕਰਨ ਲੱਗੇ, ਸੋਨਾ ਇਕੱਠਾ ਕਰਨ ਲੱਗੇ, ਕਿਲੇ ਬਣਾਉਣ ਲੱਗੇ ਹਾਂ। ਮਹਾਰਾਜ ਕਹਿੰਦੇ ਇਹਦਾ ਨਤੀਜਾ ਕੀ ਨਿਕਲਦਾ ਹੈ, ਲੱਕਾ ਗੜ ਸੋਨੇ ਕਾ ਭਇਆ ਮੂਰਖ ਲਾਭ ਰਾਵਣ ਕਿਆ ਲੈ ਗਿਆ। ਕਿੰਨੀ ਵੱਡੀ ਗਲਤੀ ਕੀਤੀ, ਚਾਰ ਵੇਦਾਂ ਦਾ ਗਿਆ ਥਾ, ਔਰ ਉਸ ਸਮੇਂ ਦੇ ਅਵਤਾਰੀ ਪੁਰਖ ਦੀ ਘਰ ਵਾਲੇ ਚੱਕ ਕੇ ਆਪਣੇ ਘਰ ਪਾ ਲਈ ਸਾਰੀ ਬਦਨਾਮੀ ਕੱਢੀ, ਔਰ ਉਹਨੇ ਉਹ ਨੀਵੇਂ ਕਰਮ ਕੀਤੇ, ਉਸ ਸਤਵੰਤੀ ਇਸਤਰੀ ਨੂੰ ਰਾਮਚੰਦਰ ਜੀ ਤੋਂ ਤੋੜਨ ਦੇ ਲਈ ਇੰਨਾ ਨੀਵਾਂ ਉਤਰਿਆ, ਉਹ ਕੋਈ ਕਹਿ ਨਹੀਂ ਸਕਦਾ ਕਿ ਇਹਨੇ ਚਾਰ ਵੇਦ ਫੜੇ ਹੋਣਗੇ, ਚਾਰ ਵੇਦਾਂ ਦਾ ਗਿਆ ਥਾ। ਇਹ ਧਨ ਦੌਲਤ ਇਕੱਠੀ ਕਰਨ ਵਾਲੇ ਦਾ ਹਾਲ ਹੁੰਦਾ। ਦੂਜੇ ਪਾਸੇ ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਬਾਣੀ ਦੇ ਵਿੱਚ ਜਿਹਨਾਂ ਨੂੰ ਇੰਨੇ ਨੀਵੇਂ ਕਿਹਾ ਜਾਂਦਾ ਹੈ, ਅਤੇ ਉੱਥੇ ਕਹਿੰਦੇ ਨੇ ਸਤਿਗੁਰੂ ਜੀ ਬਾਣੀ ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਦਰਜ ਕੀਤੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਇਕੱਤਰ ਕੀਤੀ ਸਾਰੀ, ਮੁਸਲਮਾਨ ਫਕੀਰਾਂ ਦੀ, ਭਗਤ ਨਾਮਦੇਵ ਜੀ ਦੀ ਅਤੇ ਭਗਤ ਰਵਿਦਾਸ ਜੀ ਦੀ, ਇਹਨਾਂ ਸਾਰੇ ਫਕੀਰਾਂ ਦੀ ਬਾਣੀ ਇਕੱਤਰ ਕਰਨ ਵਾਲਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚਾ ਪਾਤਸ਼ਾਹ ਹੈ, ਜਿਹਨਾਂ ਨੇ ਬਾਣੀ ਇਕੱਠੀ ਕੀਤੀ। ਬਾਣੀ ਇਕੱਠੀ ਕਰਕੇ ਗੁਰੂ ਅੰਗਦ ਦੇਵ, ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਤੱਕ ਪਹੁੰਚਦੀ ਕੀਤੀ, ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਸੰਪਾਦਨਾ ਕੀਤੀ ਹੈ ਨਾ, ਉੱਥੇ ਆਪਣੇ ਪਵਿੱਤਰ ਕਰ ਕਮਲਾਂ ਨਾਲ ਇਹਨਾਂ ਗਰੀਬਾਂ ਨੂੰ ਮਾਣ ਦਿੰਦੇ ਹੋਏ ਸਤਿਗੁਰੂ ਲਿਖਦੇ ਨੇ ਬਾਣੀ ਭਗਤ ਰਵਿਦਾਸ ਜੀਓ ਕੀ, ਨਾਲ ਜੀ ਲਫ਼ਜ਼ ਵਰਤਿਆ, ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਨਾਮਦੇਵ ਜੀਓ ਕੀ, ਜਿਹਨਾਂ ਨੂੰ ਦੁਨੀਆਂ ਦੇ ਵਿੱਚ ਦੁਆਨੀ ਵੱਟੇ ਨਹੀਂ ਸੀ ਪੁੱਛਦਾ ਕੋਈ, ਉਹ ਸਾਡੇ ਚਾਕੇ ਸਿਰਾਂ ਦੇ ਸਰਤਾਜ ਬਣਾ ਦਿੱਤੇ। ਸੋ ਇਹ ਮੂਰਖਤਾ ਹੈ ਉਹਨਾਂ ਜਗਿਆਸੂਆਂ ਦੀ, ਉਹਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਣ ਵਾਲਿਆਂ ਦੀ, ਜਿਹਨਾਂ ਦੇ ਅੰਦਰ ਅਜੇ ਵੀ ਜਾਤ ਦਾ ਹੰਕਾਰ ਬਣਿਆ ਹੋਇਆ ਹੈ, ਅਤੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਨਾਲ, ਜਾਂ ਤਾਂ ਮੱਥਾ ਨਾ ਟੇਕਣ ਅਤੇ ਜਾਂ ਫਿਰ ਜਾਤ ਦਾ ਅਭਿਮਾਨ ਛੱਡਣ, ਇੱਕ ਗੱਲ ਹੋ ਸਕਦੀ, ਦੋ ਗੱਲਾਂ ਨਹੀਂ ਹੋ ਸਕਦੀਆਂ। ਜੇ ਦੋਵੇਂ ਕਰਦੇ ਨੇ ਤਾਂ ਮਹਾਰਾਜ ਕਹਿੰਦੇ ਨੇ ਮੁੱਢੋਂ ਪੁੱਥਾ ਜਾਵੇ, ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਪੁੱਥਾ ਜਾਵੇ, ਮੁੱਢੋਂ ਹੀ ਖਤਮ ਹੋ ਜਾਏਗਾ, ਤੈਨੂੰ ਬੱਕਰੀ ਪੱਤਰੇ ਪੱਲੇ ਪੈਣਾ, ਗੁਰੂ ਦੇ ਦਰਬਾਰ ਤੋਂ ਕੀ ਪ੍ਰਾਪਤ ਕਰੇਗਾ। ਸੋ ਇਹ ਗੱਲ ਦਾ ਸਾਰਿਆਂ ਨੇ ਅਸੀਂ ਖਿਆਲ ਰੱਖਣਾ, ਗੱਲਾਂ ਇਹ ਕੌੜੀਆਂ ਜ਼ਰੂਰ ਹਨ, ਪਰ ਆਪਾਂ ਇੱਥੇ ਗੁਰੂ ਮਹਾਰਾਜ ਦੀਆਂ ਮਿੱਠੀਆਂ ਗੱਲਾਂ ਵੀ ਸੁਣ ਰਹੇ ਹਾਂ, ਗੁਰੂ ਦੀਆਂ ਝਿੜਕਾਂ ਵੀ ਸੁਣ ਆਉਂਦੇ ਹਾਂ। ਜਿਹੜਾ ਝਿੜਕ ਨਹੀਂ ਸਾਰ ਸਕਦਾ ਨਾ, ਉਹਨੂੰ ਅਕਲ ਨਹੀਂ ਆ ਸਕਦਾ। ਜੇ ਇੱਥੇ ਮੇਰੀ ਸੋਭਾ ਸੋਭਾ ਕਰੀਏ, ਮਿੱਠੀਆਂ ਮਿੱਠੀਆਂ ਗੱਲਾਂ ਤੁਹਾਨੂੰ ਸਾਰਿਆਂ ਸੁਣਾਈ ਜਾਈਏ, ਤਾਂ ਜੇ ਤੁਸੀਂ ਇਹ ਸਟੇਜ 'ਤੇ ਬੋਲਣ ਵਾਲਿਆਂ ਅਸੀਂ ਵੀ ਲਿਖਾ ਦੇਣਾ ਹੈ ਜਾ ਕੇ, ਤਾਂ ਸਾਡਾ ਵੀ ਬੁਰਾ ਹਾਲ ਕੇ ਹੁਣ ਦਰਗਾਹ ਦੇ ਵਿੱਚ ਪੁੱਛਿਆ ਜਾਣਾ ਵੀ ਮਿੱਠੀਆਂ ਗੱਲਾਂ ਸੁਣਾਉਣ ਵਾਲੇ ਤੁਸੀਂ ਸਾਰਾ ਕੁਝ ਗੁਰੂ ਤੋਂ ਪ੍ਰਾਪਤ ਕਰਨ ਵਾਲੇ, ਤੁਸੀਂ ਆਹ ਕੰਮ ਕਿਉਂ ਕਰਦੇ, ਸਚਾਈ ਕਿਉਂ ਨਹੀਂ ਦੱਸੀ, ਇਹਦਾ ਲੇਖਾ ਸਾਰਿਆਂ ਨੂੰ ਦੇਣਾ ਪੈਣਾ ਆਪਾਂ। ਹੁਣ ਆਈਏ ਆਪਾਂ ਭਗਤ ਜੀ ਦੇ ਬਚਨਾਂ ਬਾਰੇ, ਭਗਤ ਰਵਿਦਾਸ ਜੀ ਦੀ ਬਾਣੀ ਬਾਰੇ, ਉਹਨਾਂ ਦੀ ਪਵਿੱਤਰ ਬਾਣੀ। ਉਹਨਾਂ ਦਾ ਜਨਮ ਨੀਵੇਂ ਘਰ ਦੇ ਵਿੱਚ ਹੋਇਆ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਨਾਨਕ ਸਾਹਿਬ ਤੋਂ ਲਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੱਕ ਉਹਨਾਂ ਨੇ ਕਿੰਨਾ ਨੀਵਿਆਂ ਨੂੰ ਪਿਆਰ ਕੀਤਾ ਹੈ, ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾਵੋ ਬਈ ਸਭ ਤੋਂ ਨੀਵਾਂ ਜਾਤ ਦੇ ਵਿੱਚ ਨਾ ਚੰਡਾਲ ਨੂੰ ਮਿਲਿਆ ਜਾਂਦਾ। ਸ਼ੂਦਰ ਨੇ ਜਿਹੜੇ ਆਪਾਂ ਜ਼ਿਮੀਦਾਰ ਕਹਿੰਦੇ, ਵੀ ਅਸੀਂ ਜ਼ਿਮੀਦਾਰ ਅਸੀਂ ਬੜੇ ਤਕੜੇ ਹਾਂ, ਜ਼ਿਮੀਦਾਰ ਨੇ ਜਿਹੜੇ ਇਹ ਸ਼ੂਦਰਾਂ ਦੇ ਵਿੱਚ ਗਿਣੇ ਗਏ, ਸ਼ੂਦਰਾਂ ਦੇ ਵਿੱਚ ਗਿਣੇ ਗਏ ਨੇ। ਸੋ ਸ਼ੂਦਰਾਂ ਦੇ ਵਿੱਚੋਂ ਜਿਹੜਾ ਚੰਡਾਲ ਹੈ ਇਹ ਉਹਨਾਂ ਤੋਂ ਵੀ ਨੀਵਾਂ ਗਿਣਿਆ ਗਿਆ। ਚੰਡਾਲ ਕੌਣ ਹੈ? ਜਦੋਂ ਕੋਈ ਸ਼ੂਦਰ ਹੈ ਜਿਹੜਾ ਬ੍ਰਾਹਮਣ ਹੈ, ਜਿਹੜਾ ਕਿਸੇ ਬ੍ਰਾਹਮਣ ਦੀ ਧੀ ਹੈ ਜਿਹੜੀ, ਉਹਦੇ ਨਾਲ ਕੋਈ ਸ਼ੂਦਰ ਵਿਆਹ ਕਰਦਾ ਹੈ, ਉਹਦਾ ਜਿਹੜਾ ਬੱਚਾ ਜਾਂਦਾ ਉਹ ਚੰਡਾਲ ਕਹਿੰਦਾ। ਅਤੇ ਚੰਡਾਲਾਂ ਦੇ ਵਿੱਚੋਂ ਤੁਸੀਂ ਦੇਖੋ, ਤੁਸੀਂ ਹੈਰਾਨ ਹੋ ਜਾਵੋਗੇ ਵੀ ਚੰਡਾਲਾਂ ਦੇ ਵਿੱਚੋਂ ਜਿਹਦਾ ਜਨਮ ਹੋਇਆ ਸੀ ਉਹ ਭਾਈ ਜੈਤਾ। ਦਿੱਲੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਰਹਿੰਦੇ ਸਨ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਰਹਿੰਦੇ ਸਨ। ਕਿਸੇ ਦੀ ਜੁੱਤ ਨਹੀਂ ਪਈ ਕਿ ਉਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਕੱਟਿਆ ਹੋਇਆ ਸੀਸ ਚੱਕ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਲੈ ਜਾ। ਕਿਸੇ ਦੀ ਜੁੱਤ ਨਹੀਂ ਪਈ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੰਨਾ ਦਾਨ ਦਿੱਤਾ ਸੀ, ਇੰਨੇ ਲਲਕਾਰੇ ਮਾਰ ਕੇ ਸਿੱਖਾਂ ਦੀ ਸੁੱਤ ਨੂੰ ਜਗਾ ਦਿੱਤਾ ਸੀ। ਉਸ ਵੇਲੇ ਵੀ ਇੱਕ ਸਿੱਖ ਦਿੱਲੀ ਦੇ ਵਿੱਚ ਐਸਾ ਸੀ, ਜਦੋਂ ਔਰੰਗਜ਼ੇਬ ਮਸੀਤ ਦੇ ਵਿੱਚ ਜਾਣ ਲੱਗਿਆ ਤਾਂ ਉਹ ਯਮੁਨਾ ਦਾ ਪੁਲ ਪਾਰ ਕਰਨ ਲੱਗਿਆ ਨਾ,
ਤਾਂ ਇੱਕ ਵੱਟਾ ਜਿਹੜਾ ਸੀ ਉਹ ਚੱਕ ਕੇ ਔਰੰਗਜ਼ੇਬ ਦੇ ਵੱਟ ਕੇ ਮਾਰਿਆ ਸੀ, ਭਾਵੇਂ ਉਹਨੂੰ ਸ਼ਹੀਦੀ ਦੇਣੀ ਪੈ ਗਈ ਸੀ, ਯੁੱਧ ਵਿਸਾਰਤੀ ਸੀ ਉਸ ਵੇਲੇ। ਪਰ ਇੰਨਿਆਂ ਦੇ ਵਿੱਚੋਂ ਇਹ ਇਕੱਲਾ ਹੀ ਸੀ ਭਾਈ ਜੈਤਾ ਜਿਹੜਾ ਇੰਨੀ ਚੜ੍ਹਦੀ ਉਮਰ ਦੇ ਵਿੱਚ ਦਿੱਲੀ ਤੋਂ ਅਨੰਦਪੁਰ ਸਾਹਿਬ ਦਾ ਸਫ਼ਰ ਦੇਖ ਲਓ ਕਿੰਨਾ, ਥਾਂ ਥਾਂ ਦੇ ਉੱਤੇ ਮੁਗਲ ਫੌਜ ਦੇ ਪਹਿਰੇ ਲੱਗੇ ਹੋਏ, ਥਾਂ ਥਾਂ 'ਤੇ ਮੌਤ ਪਿੱਛਾ ਕਰਦੀ ਫਿਰਦੀ ਸੀ। ਉੱਥੋਂ ਸੀਸ ਚੁੱਕ ਕੇ ਇਹ ਲਿਜਾਣ ਵਾਲਾ ਜਿਹੜਾ ਸਿੱਖ ਹੈ ਇਹ ਭਾਈ ਜੈਤਾ ਅਨੰਦਪੁਰ ਸਾਹਿਬ ਲੈ ਕੇ ਗਿਆ। ਜਿਹਨਾਂ ਨੂੰ ਆਪਾਂ ਘਰਾਂ ਦੇ ਵਿੱਚ ਵੜਨ ਨਹੀਂ ਦਿੰਦੇ, ਜਿਹਨਾਂ ਨੂੰ ਆਪਾਂ ਫੌਤੀ ਸਮਝਦੇ ਹਾਂ, ਉਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਹਿੱਕ ਦੇ ਨਾਲ ਲਾ ਕੇ ਇਹ ਬਚਨ ਕੀਤਾ ਸੀ, ਰੰਗਰੇਟਾ ਗੁਰੂ ਕਾ ਬੇਟਾ, ਤੂੰ ਗੁਰੂ ਕਾ ਬੇਟਾ ਹੈ, ਤੁਸੀਂ ਉਹਨਾਂ ਨੂੰ ਆਪਾਂ ਉਹਨਾਂ ਨੂੰ ਬੁਲਾਉਂਦੇ ਨਹੀਂ ਅਤੇ ਗੁਰੂ ਪਾਤਸ਼ਾਹ ਉਹਨਾਂ ਨੂੰ ਆਪਣਾ ਬੇਟਾ ਸਮਝ ਰਹੇ। ਅਤੇ ਭਾਈ ਜੈਤੇ ਦੀ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੀ ਸਿੱਖਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਅਤੇ ਮਾਤਾ ਗੁਜਰੀ ਜੀ ਨੇ ਇੱਕੋ ਟੀਚਰਾਂ ਕੋਲ ਕਰਵਾਈ, ਆਪਣੇ ਘਰ ਦੇ ਵਿੱਚ ਰੱਖ ਕੇ ਭਾਈ ਜੈਤੇ ਨੂੰ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਲੰਗਰ ਛਕਾਉਂਦੇ ਹੁੰਦੇ ਸੀ ਮਾਤਾ ਗੁਜਰ ਕੌਰ ਜੀ, ਉਵੇਂ ਭਾਈ ਜੈਤੇ ਨੂੰ ਲੰਗਰ ਛਕਾਉਂਦੇ ਹੁੰਦੇ ਸੀ। ਇੰਨਾ ਮਾਣ, ਜਿਹਨਾਂ ਨੂੰ ਅਖੌਤੀ ਸ਼ੂਦਰ ਕਹਿੰਦੇ ਆ ਨਾ, ਇੰਨਾ ਮਾਣ ਗੁਰੂ ਨਾਨਕ ਸਾਹਿਬ ਕਿਆਂ ਨੇ, ਗੁਰੂ ਕਿਆਂ ਨੇ ਇਹਨਾਂ ਨੂੰ ਦਿੱਤਾ ਹੈ। ਜਿੱਥੇ ਦੇਖ ਲਵੋ ਜਿਹੜੇ ਜਦੋਂ ਮਹਾਰਾਜ ਨੇ ਲਲਕਾਰ ਮਾਰੀ ਹੈ ਇਹ ਲੜਨ ਵਾਲੇ ਮੂਹਰੇ ਹੁੰਦੇ ਸੀ, ਮਿਸਲਾਂ ਦੇ ਵੇਲੇ ਲੈ ਲਓ, ਉਹ ਤੋਂ ਬਾਅਦ ਦਾ ਸਮਾਂ ਲੈ ਲਓ, ਗੁਰੂ ਮਹਾਰਾਜ ਦਾ ਸਮਾਂ ਲੈ ਲਓ, ਗੁਰੂ ਕਹਿੰਦੇ ਗੁਰੂ ਕਾਲ ਵੇਲੇ ਦਾ, ਹਰੇਕ ਸਮੇਂ ਇਹ ਸੂਰਮੇ ਬਣ ਕੇ ਸਤਿਗੁਰੂ ਦੇ ਨਾਲ ਸਤਿਗੁਰੂ ਦੇ ਚਰਨਾਂ ਦੇ ਪੌੜੇ ਰਹੇ। ਤੇ ਆਪ ਜੀ ਦੀ ਪਵਿੱਤਰ ਬਾਣੀ ਜਿਹਦੇ ਵਿੱਚ ਮਹਾਨ ਉਪਦੇਸ਼ ਭਗਤ ਅਰਦਾਸ ਜੀ ਨੇ ਕੀਤਾ, ਦੇਖੋ ਕੈਸੇ ਉਪਦੇਸ਼ ਨੇ, ਤੂੰ ਕਾਹੇ ਗਰਭ ਹੈ ਬਾਬਲੀ ਜੈਸੇ ਭਾਦੋ ਖੁੰਗਰਾਜ ਪੁਤਿਸ ਤੇ ਖਰੀ ਉਤਾਵਲੀ। ਭਗਤ ਅਰਦਾਸ ਜੀ ਦਾ ਪਵਿੱਤਰ ਉਪਦੇਸ਼ ਹੈ, ਹੇ ਇਨਸਾਨ ਕਿਉਂ ਹੰਕਾਰ ਕਰਦਾ ਹੈ, ਕਿਹੜੀ ਚੀਜ਼ ਦਾ ਹੰਕਾਰ ਕਰਦਾ, ਤੂੰ ਕਾਹੇ ਗਰਭ ਹੈ ਬਾਬਲੀ, ਬਾਬਲੀ ਤੋਂ ਭਾਵ ਹੈ ਕਮਲੀ, ਹੇ ਕਮਲੀ ਰੂਹ ਹੇ ਕਮਲੀ ਜਾਨ ਕਾਹਦਾ ਹੰਕਾਰ ਕਰਦੀ ਹੈ, ਜੈਸੇ ਭਾਦੋ ਖੁੰਗਰਾਜ ਜਿਵੇਂ ਭਾਦੋ ਦੇ ਮੇਲੇ ਵਿੱਚ ਖੁੰਬਾਂ ਨੇ ਜਿਹੜੀਆਂ ਨਾ ਉਹ ਢੇਰਾਂ ਦੇ ਉੱਤੇ ਉਹ ਕੱਢੀਆਂ ਨੇ, ਬਿਣਤੀ ਮਿਣਤੀ ਤੋਂ ਬਾਹਰ ਹੋ ਜਾਂਦੀਆਂ ਨੇ, ਤੇ ਉਹਨਾਂ ਦਾ ਪਤਾ ਜਦੋਂ ਧੁੱਪਾਂ ਜ਼ਿਆਦਾ ਪਈ ਦੂਜੇ ਦਿਨ ਖਤਮ ਹੋ ਜਾਂਦੀਆਂ ਨੇ, ਜਿਵੇਂ ਭਾਦੋ ਦੇ ਮਹੀਨੇ ਖੁੰਬਾਂ ਨੇ ਨਾ ਉਹ ਕੱਢੀਆਂ ਨੇ, ਤੇਰਾ ਹੰਕਾਰ ਇਵੇਂ ਹੈ, ਇਵੇਂ ਹੰਕਾਰ ਦੇ ਵਿੱਚ ਤੂੰ ਉੱਚਾ ਉੱਠਦਾ ਨਾ, ਪਰ ਜਦੋਂ ਸਮੇਂ ਦਾ ਗੇੜ ਚੜਿਆ ਨਾ ਤੇਰੇ ਉੱਤੇ ਖੁੰਬਾਂ ਨਾਲੋਂ ਵੀ ਤੂੰ ਕਾਹਲੀ ਹੈ ਮਰਨ ਦੇ ਕਰ। ਮਹਾਤਮਾ ਬੁੱਧ ਦਾ ਦੇਖੋ ਕਿਹੋ ਜਿਹਾ ਬਚਨ ਹੈ, 2500 ਸਾਲ ਪਹਿਲਾਂ ਮਹਾਂਪੁਰਖ ਹੋਇਆ ਹੈ, ਪਰ ਜਿਹੜੇ ਬਚਨ ਨੇ ਅੱਜ ਵੀ ਦਿਲ ਜੀਰ ਦੇ ਨੇ ਉਹਨਾਂ ਦੇ, ਕਹਿੰਦੇ ਦੇਖੋ ਜਿਹੜੀ ਚਿੜੀ ਹੈ ਉਹ ਮਾਣ ਕਰਦੀ ਹੈ ਹੰਕਾਰ ਦੇ ਵਿੱਚ ਆ ਕੇ ਕੀੜੀਆਂ ਖਾਂਦੀ ਹੈ, ਪਰ ਜਦੋਂ ਚਿੜੀ ਮਰ ਜਾਂਦੀ ਹੈ ਕੀੜੀਆਂ ਉਹਦੇ ਸਰੀਰ ਨੂੰ ਖਾਂਦੀਆਂ। ਸਮੇਂ ਦਾ ਗੇੜ ਹੈ ਨਾ, ਮਾਣ ਪਹਿਲਾਂ ਕੀਤਾ ਸਰੀਰ ਦਾ ਕੀਤਾ, ਮੇਰੇ ਬਰਾਬਰ ਕੌਣ ਹੈ, ਕੀੜੀਆਂ ਨੂੰ ਚੁਣ ਚੁਣ ਕੇ ਨੱਠਣ ਨਹੀਂ ਦਿੰਦੀ ਉਹ ਖਾ ਜਾਂਦੀ ਹੈ, ਪਰ ਜਦੋਂ ਸਰੀਰ 2-4 ਮਹੀਨੇ ਬਾਅਦ ਸਰੀਰ ਖਤਮ ਹੋ ਗਿਆ ਉਹੀ ਕੀੜੀ ਮਰ ਗਈ ਤੇ ਉਹਦੇ ਸਰੀਰ ਨੂੰ ਕੀੜੀਆਂ ਖਾ ਰਹੇ। ਦੁਰਯੋਧਨ ਕਿੱਡਾ ਮਾਣ ਕਰਦਾ ਸੀ, ਕਿੰਨਾ ਮਾਣ ਕੀਤਾ ਉਸਨੇ, ਪਰ ਅਖੀਰ ਦੇ ਵੇਲੇ ਜਿਹਦੇ ਦੋ ਜੋਜਨ ਦੇ ਵਿੱਚ ਸ਼ਤਰ ਝੁੱਲਦਾ ਸੀ ਤੇ ਅਖੀਰ ਦੇ ਵੇਲੇ ਦੇਹੀ ਗਿਰਜਨ ਖਾਈ ਕ੍ਰਿਸ਼ਨ ਜੀ ਦੇ ਸਾਹਮਣੇ ਭੀਮ ਦੇ ਕੋਲ ਅਰਜਨ ਦੇ ਕੋਲ ਪਿਆ ਤੇ ਟੋਭੇ ਦੇ ਵਿੱਚ ਵੜਿਆ ਹੋਇਆ ਡਰਦਾ ਵੜਿਆ ਫਿਰਦਾ ਬਾਹਰ ਨਹੀਂ ਨਿਕਲ ਸਕਦਾ, ਏਡਾ ਵੱਡਾ ਛਤਰ ਹੈ ਜਿਹੜਾ ਕਿੱਧਰ ਗਿਆ, ਛਤਰ ਚੂਰਾ ਚੂਰਾ ਕਰ ਦਿੱਤਾ ਗਿਆ, ਦੇਹੀ ਗਿਰਜਾ ਨੇ ਖਾਧੀ, ਹੰਕਾਰ ਕਿੱਧਰ ਗਿਆ, ਵੱਡੇ ਵੱਡੇ ਰਾਜੇ ਮਾਰ ਦਿੱਤੇ ਗਏ ਦੁਨੀਆਂ ਦੇ, ਕੀ ਖੱਟਿਆ ਉਹਨਾਂ ਨੇ। ਸਵੇਰ ਪੱਤਰ ਦਾ ਅੱਜ ਕਹਿੰਦਾ ਕਿ ਇਹੋ ਜਿਹੀ ਮੱਤ ਕਿਉਂ ਨਹੀਂ ਬੰਦੇ ਨੂੰ ਆਉਂਦੀ, ਦਲੀਲ ਦੇਖੋ ਕਿਹੋ ਜਿਹੀ ਉਹਨਾਂ ਨੇ ਦਿੱਤੀ ਹੈ, ਕਿੱਡਾ ਪਰਮਕਾਰ ਦੁਨੀਆਂ ਦੇ ਉੱਤੇ ਕੀਤਾ। ਭਗਤ ਅਰਦਾਸ ਜੀ ਕਹਿੰਦੇ ਨੇ ਮ੍ਰਿਗ ਮੀਨ ਭਿਰੰਗ ਪਤੰਗ ਕੁੰਚਰ, ਪੰਜ ਜਾਨਵਰ ਗਿਣੇ ਨੇ, ਮ੍ਰਿਗ ਮੀਨ ਭਿਰੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਜ ਦੋਖ ਅਸਾਧ ਜਾਮ ਹੈ ਤਾਂ ਕਿ ਕੇਤਕ ਆਸ ਮਾਧੋ ਅਵਿਦਿਆ ਹਕੀਨ ਵਿਵੇਕ ਦੀ ਉਮਰੀਨ। ਹੇ ਮਾਧੋ, ਇਸ ਬੰਦੇ ਨੇ ਅਵਿਦਿਆ ਅਗਿਆਨਤਾ ਦੇ ਨਾਲ ਪਾਪਾਂ ਨਾਲ ਪਿਆਰ ਕਰ ਲਿਆ, ਇਹਦਾ ਵਿਵੇਕ ਦਾ ਦੀਵਾ ਹੈ, ਵਿਵੇਕ ਦਾ ਕੀ ਹੈ, ਅਕਲ ਦਾ ਦੀਵਾ, ਚਾਨਣ ਹੈ ਸੱਚ ਦਾ,
ਉਹਦਾ ਮਲੀਨ ਹੋ ਗਿਆ, ਬੁੱਝ ਗਿਆ ਦੀਨਾ ਇਹਦਾ ਸੱਚ ਦਾ, ਇਹਨੂੰ ਤਿੰਨ ਸੱਚ ਦੀਨਾ ਹੀ ਹੈ, ਹਨੇਰਾ ਹੋ ਗਿਆ ਸੱਚ ਵਾਲੇ ਪਾਸੇ ਤੋਂ, ਤੇ ਕੀ ਵਾਪਰਨ ਲੱਗ ਗਿਆ? ਮ੍ਰਿਗ, ਮ੍ਰਿਗ ਕਹਿੰਦੇ ਨੇ ਹਿਰਨ ਨੂੰ, ਹਿਰਨ ਨੂੰ ਸੌਣ ਦਾ ਲੋਕ ਹੈ, ਕੰਡੇ ਜਿਹੜੇ ਦਾ ਜਿਹੜਾ ਹੈ ਘੜੇ ਦੇ ਉੱਤੇ ਚਮੜਾ ਬੰਨ ਕੇ ਜਿਹੜਾ ਸ਼ਿਕਾਰੀ ਹੈ ਇਹੋ ਜਿਹੀ ਤਾਰ ਵਜਾਉਂਦਾ, ਇਹੋ ਜਿਹਾ ਮਿਊਜ਼ਿਕ ਕੱਢਦਾ ਨਾ ਉਹਦੇ ਵਿੱਚੋਂ, ਤੇ ਉਹ ਜਦੋਂ ਮਿਊਜ਼ਿਕ ਵੱਜਦਾ ਹੈ ਤਾਂ ਹਿਰਨ ਜਿੱਥੇ ਵੀ ਹੋਵੇ, ਹੁਣ ਤਾਂ ਉਹਨੂੰ ਫੜ ਨਹੀਂ ਸਕਦਾ ਕੋਈ, ਇੰਨਾ ਤੇਜ਼ ਸ਼ੇਰ ਨਹੀਂ ਫੜ ਸਕਦੇ, ਉੱਥੇ ਸ਼ੇਰ ਸਾਰਾ 30-35 ਕਿਲੋਮੀਟਰ ਘੰਟੇ ਦੇ ਨਾਲ ਨੱਠ ਸਕਦੇ, ਇਹ ਤੋਂ ਵੱਧ ਨਹੀਂ, ਅਤੇ ਹਿਰਨ ਤਾਂ 60-70 ਮੀਲ 'ਤੇ ਜਾਂਦਾ ਨੱਠਾ ਜਾ ਕੇ ਉੱਚੀ ਲੰਮੀ ਛਾਲ ਮਾਰਦਾ। ਸੋ ਉਹ ਹਿਰਨ ਜਿਹਨੂੰ ਸ਼ੇਰ ਵੀ ਨਹੀਂ ਫੜ ਸਕਦਾ, ਅਤੇ ਉਹ ਹਿਰਨ ਕੰਨ ਦੀ ਕਮਜ਼ੋਰੀ ਕਰਕੇ, ਸੁਣਨ ਦਾ ਨਾਦ ਕਰਕੇ ਉਹ ਆ ਕੇ ਉਸ ਘੜੇ ਦੇ ਉੱਤੇ ਆਪਣਾ ਮੂੰਹ ਲਾ ਦਿੰਦਾ, ਅਤੇ ਹਿਰਨ ਆਰਾਮ ਨਾਲ ਸ਼ਿਕਾਰੀ ਆਰਾਮ ਨਾਲ ਫੜ ਕੇ ਉਹਨੂੰ ਮਾਰ ਲੈਂਦਾ, ਸੁਣਨ ਦੇ ਦੋਖ ਕਰਕੇ। ਅਤੇ ਤੁਸੀਂ ਅੰਦਾਜ਼ਾ ਲਾ ਲਓ ਵੀ ਆਪਾਂ ਕਿੰਨਾ ਕੰਧੜਾ ਮਿਊਜ਼ਿਕ ਸੁਣਦੇ ਹਾਂ, ਆਪਣੀਆਂ ਕਾਰਾਂ ਦੀਆਂ ਕੈਸਟਾਂ ਦੇਖਿਓ, ਸੀਡੀਆਂ ਦੇਖਿਓ ਵੀ ਉਹਨਾਂ ਵਿੱਚ ਕੋਈ ਮਿਊਜ਼ਿਕ ਚੰਗਾ ਹੈ ਜਿਹਦੇ ਵਿੱਚੋਂ ਸੱਚ ਮਿਲਦਾ ਸਾਨੂੰ, ਜਿਹਦੇ ਵਿੱਚ ਵਾਹਿਗੁਰੂ ਨਾਲ ਅਸੀਂ ਜੁੜ ਜਾਈਏ, ਜਿਹਦੇ ਨਾਲ ਸਾਨੂੰ ਸੁੱਖ ਮਿਲੇ, ਸਾਡੀ ਆਤਮਾ ਨੂੰ ਸੁੱਖ ਮਿਲੇ, ਸ਼ਾਂਤੀ ਮਿਲੇ, ਆਪਣਾ ਜਿਹੜਾ ਸੁਣਨ ਵਾਲੀਆਂ ਗੱਲਾਂ ਨੇ ਸਾਰੀਆਂ ਸੋਚ ਕੇ ਦੇਖੋ ਵੀ ਸੁਣਨ ਨੂੰ ਸੱਚ ਮਿਲਦਾ, ਇਹਨਾਂ ਵਿੱਚੋਂ ਸੁੱਖ ਸ਼ਾਂਤੀ ਮਿਲਦੀ ਹੈ। ਦੂਜੀ ਗੱਲ, ਮ੍ਰਿਗ ਮੀਨ, ਮੀਨ ਕਹਿੰਦੇ ਨੇ ਮੱਛੀ ਨੂੰ, ਮੱਛੀ ਹੈ ਜਿਹੜੀ ਇਹਨੂੰ ਖਾਣ ਦਾ ਚਸਕਾ, ਇਹ ਫੜਨੀ ਹੁੰਦੀ ਹੈ, ਪਰ ਸ਼ਿਕਾਰੀ ਨੇ ਪਲਾਸਟਿਕ ਦੀਆਂ ਮੱਛੀਆਂ ਕੁੰਡੀ ਤੇ ਲਾਈਆਂ ਹੁੰਦੀਆਂ, ਮੱਛੀ ਨੂੰ ਇੰਨੀ ਅਕਲ ਨਹੀਂ ਵੀ ਇਹ ਜਿਹੜੀ ਮੱਛੀ ਹੈ ਜਿਹੜੀ ਮੈਂ ਖਾ ਰਹੀ ਹਾਂ ਸੋਹਣੀ ਲੱਗਦੀ ਦੇਖਣ ਨੂੰ, ਵੀ ਪਲਾਸਟਿਕ ਦੀ ਤਸਲੀ ਹੈ, ਖਾ ਜਾਂਦੀ ਹੈ, ਪਰ ਜਦ ਪਤਾ ਲੱਗਦਾ ਜਦ ਜ਼ੋਰ ਪੈਂਦਾ ਕੁੰਡੀ ਲਾ ਕੇ ਖਿੱਚ ਲੈਂਦਾ ਤੇ ਪਾਣੀ ਤੋਂ ਬਾਹਰ ਕੱਢ ਕੇ ਗਲਾ ਖਾ ਜਾਂਦਾ। ਖਾਣ ਦਾ ਦੋ ਹੈ ਨਾ, ਹੁਣ ਖਾਣ ਪਿੱਛੇ ਕੀ ਕੁਛ ਹੁੰਦਾ ਬੰਦੇ ਦਾ, ਜਵਾਨ ਇਹਨੇ ਸਾਡੀ ਕਾਬੂ, ਦੇਖੋ ਆਪਾਂ ਚਾਹ ਹੀ ਨਹੀਂ ਛੱਡ ਸਕਦੇ, ਨਸ਼ਾ ਸ਼ਰਾਬ ਦਾ ਪਾਸੇ ਬਹੁਤ ਦੂਰ ਹੈਗਾ, ਚਾਹ ਹੀ ਸਾਡੇ ਛੱਡਣ ਦੀ, ਜੇ ਦੋ ਵਾਰ ਪੀਤਾ ਇੱਕ ਤੱਕ ਨਾ ਭੁੱਲ ਜਾਵੇ ਕਹਿੰਦਾ ਸਿਰ ਦੁੱਖਣ ਲੱਗ ਜਾਂਦਾ ਸਾਡਾ, ਕੈਸਾ ਹਾਲ ਹੈ ਦੇਖ ਲਓ। ਭਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਦਾ ਰਾਗੀ ਸਿੰਘਾਂ ਦੀ ਇੱਕ ਜੋਗੀ ਆਇਆ ਬੈਠਾ, ਜੋਗੀ ਆਇਆ ਬੈਠਾ, ਉਸ ਜੋਗੀ ਨੂੰ ਦੇਖ ਕੇ ਗੋਪੀ ਚੰਦ ਦੀ ਬਾਰ ਰਾਗੀ ਸਿੰਘਾਂ ਨੇ ਗਾਤੀ, ਅਤੇ ਜਿਹੜੇ ਮੇਰੇ ਵਰਗੇ ਬੈਠੇ ਸਨ ਜਿਹਨਾਂ ਕੋਲ ਮਾੜਾ ਮੋਟਾ ਪੜ੍ਹਿਆ ਹੋਇਆ ਸੀ, ਸੁਣਿਆ ਹੋਇਆ ਸੀ, ਉਹ ਮਹਾਰਾਜ ਤੋਂ ਨੱਠ ਕੇ ਚਲੇ ਗਏ, ਮਹਾਰਾਜ ਵੀ ਤੁਹਾਡੇ ਦਰਬਾਰ ਦੇ ਵਿੱਚ ਰਾਗੀ ਸਿੰਘਾਂ ਨੇ ਗੋਪੀ ਚੰਦ ਦੀ ਬਾਰ ਗਾਤੀ, ਕਹਿੰਦੇ ਮਹਾਰਾਜ ਹਜ਼ੂਰ ਕਹਿੰਦੇ ਦਸ਼ਮੇਸ਼ ਕਹਿੰਦੇ ਭਾਈ ਫੇਰ ਕੀ ਹੋ ਗਿਆ, ਕਹਿੰਦੇ ਮਹਾਰਾਜ ਤੁਹਾਡੇ ਦਰਬਾਰ 'ਚ ਤੁਹਾਡਾ ਵੀ ਤਾਂ ਹੋਣਾ ਚਾਹੀਦਾ, ਤੁਹਾਡੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ ਅਤੇ ਜੋਗੀਆਂ ਗੱਲਾਂ ਕਾਹਤੇ ਹੋਈਆਂ, ਮਹਾਰਾਜ ਕਹਿੰਦੇ ਬਹਿ ਜਾਓ। ਜੋਗੀ ਵਿਚਾਰਾ ਉਹ ਦੇਖ ਕੇ ਹੈਰਾਨ ਹੋਇਆ, ਗੁੱਸਾ ਆਇਆ ਉਸਨੂੰ ਬਈ ਏਡਾ ਵੱਡਾ ਜੋਗੀ ਉਹਦੀ ਗੱਲ ਜੇ ਕਰ ਦਿੱਤੀ, ਇਹ ਗੁਰੂ ਦੇ ਦਰਬਾਰ 'ਚ ਕੀ ਹੋਣ ਲੱਗਿਆ। ਮਹਾਰਾਜ ਨੇ ਬਿਠਾ ਲਏ ਸਾਰਿਆਂ ਨੂੰ ਸੰਬੋਧਨ ਕਰਕੇ, ਸਰਵੰਤ ਸਦਾਨੀ ਨੇ ਉਪਦੇਸ਼ ਦਿੱਤਾ ਧਰਤੀ 'ਤੇ ਸਦਾ ਰਹਿਣ ਵਾਲਾ, ਕਹਿੰਦੇ ਸਿੰਘੋ ਇਸ ਦਰਬਾਰ ਦੇ ਵਿੱਚ ਜਿਹੜੀ ਗੱਲ ਦੇ ਵਿੱਚੋਂ ਸੱਚ ਮਿਲਦਾ ਹੈ, ਜਿਹੜੀ ਗੱਲ ਦੇ ਵਿੱਚੋਂ ਗਿਆਨ ਮਿਲਦਾ ਹੈ, ਜਿਹੜੀ ਗੱਲ ਦੇ ਵਿੱਚੋਂ ਤਿਆਗ ਵੈਰਾਗ ਪ੍ਰਾਪਤ ਹੁੰਦਾ ਹੈ, ਹੰਕਾਰ ਨੱਸਦਾ, ਉਹ ਹਰ ਗੱਲ ਸੁਣਨ ਵਾਲੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਦੀ ਬਾਣੀ ਪੜ੍ਹੋ, ਉਹਦੇ ਵਿੱਚ ਰਮਾਇਣ ਦੀਆਂ ਗੱਲਾਂ, ਮਹਾਂਭਾਰਤ ਦੀਆਂ ਗੱਲਾਂ, ਜੋਗੀਆਂ ਦੀਆਂ ਗੱਲਾਂ, ਸਾਰਿਆਂ ਦੀਆਂ ਗੱਲਾਂ ਕੀਤੀਆਂ। ਕਿਉਂ ਕੀਤੀਆਂ ਨੇ? ਜਿਨ੍ਹਾਂ ਨੇ ਕੁਝ ਸੱਚਾ ਕੰਮ ਕੀਤਾ ਮਹਾਰਾਜ ਨੇ ਉਹਨੂੰ ਯਾਦ ਕੀਤਾ। ਕਹਿੰਦੇ ਤੁਸੀਂ ਪੁੱਤਰਾਂ ਦੇ ਦਾਨੀ ਕਹਿਣ ਲੱਗੇ, ਤੁਸੀਂ ਇੱਕ ਨਾਰ ਤੁਹਾਡੇ ਘਰ ਦੇ ਵਿੱਚ ਉਹਦਾ ਤਿਆਗ ਨਹੀਂ ਕਰ ਸਕਦੇ, ਉਹਦਾ ਹਰਮ 500 ਜਨਾਨੀਆਂ ਨਾਲ ਭਰਿਆ ਹੋਇਆ ਸੀ, ਉਹਦੇ ਮੋਹ ਨਹੀਂ ਕੀਤਾ ਮੁੜ ਕੇ ਦਰਬਾਰ ਬੰਦ ਆਪਣੇ ਹਰਮ ਬੰਦ, 500 ਰਾਣੀਆਂ ਦੁਨੀਆਂ ਹਿੰਦੁਸਤਾਨ ਦੇ ਵਿੱਚ ਚੁਣ ਚੁਣ ਕੇ ਰੱਖੀਆਂ ਹੋਈਆਂ ਸੀ ਉਹਦੀਆਂ, ਕਹਿੰਦੇ ਉਹਨੇ ਮੁੜ ਕੇ ਮੋਹ ਨਹੀਂ ਕੀਤਾ, ਖਜ਼ਾਨਾ ਉਹਦਾ ਹੀਰੇ ਜਵਾਹਰਾਤਾਂ ਨਾਲ ਭਰਿਆ ਹੋਇਆ ਸੀ, ਉਹਨੇ ਮੁੜ ਕੇ ਪਿੱਠ ਕਰ ਲਈ ਅਤੇ ਖਜ਼ਾਨਾ ਨਹੀਂ ਦੇਖਿਆ, ਜਰਨੈਲ ਸੀ ਫੌਜਾਂ ਦਾ ਅਤੇ ਮੁੜ ਕੇ ਫੌਜਾਂ ਵੱਲ ਨਹੀਂ ਦੇਖਿਆ, ਸਭ ਦਾ ਤਿਆਗ ਕਰਕੇ ਉਹ ਜੰਗਲ ਦੇ ਵਿੱਚ ਰੱਬ ਰੱਬ ਕਰਨ ਤੁਰਿਆ, ਸ਼ਿਵ ਜੀ ਕਰਦਾ, ਰੱਬ ਦੀ ਪ੍ਰਾਪਤੀ ਕਰਨ ਤੁਰਿਆ ਰਿਹਾ। ਤੁਸੀਂ ਕਹਿੰਦੇ ਇੱਕ ਘਰ ਦਾ ਤਿਆਗ ਨਹੀਂ ਕਰ ਸਕਦੇ, ਇੱਕ ਜਵਾਨੀ ਦਾ ਤਿਆਗ ਨਹੀਂ ਕਰ ਸਕਦੇ, ਉਹਦੀ ਗੱਲ ਕਿਉਂ ਨਹੀਂ ਹੋ ਸਕਦੀ? ਸੋ ਮੱਛੀ ਹੈ ਜਿਹੜੀ, ਮੱਛੀ ਖਾਣ ਦੀ ਜੀਭ ਦੇ ਰਸ ਕਰਕੇ ਖਾਧੀ ਜਾਂਦੀ ਹੈ, ਕੁੰਡੀ 'ਚ ਫਸ ਜਾਂਦੀ ਹੈ, ਅਤੇ ਇਹਨੇ ਸਾਧਸੰਗ ਦੇ ਜਿਹੜੇ ਬੰਦੇ ਦਾ ਜਵਾਨ ਦੇ ਉੱਤੇ ਕਾਬੂ ਨਹੀਂ ਨਾ, ਅਸੀਂ ਸ਼ਰਾਬ ਦੇ ਗੁਲਾਮ, ਅਸੀਂ ਮਾਸ ਦੇ ਗੁਲਾਮ,
ਅਸੀਂ ਵਿਕਾਰਾਂ ਦੇ ਗੁਲਾਮ, ਪਾਪ ਦੇ ਗੁਲਾਮ, ਅਸੀਂ ਖਹਿੜਾ ਨਹੀਂ ਛਡਾ ਸਕਦੇ ਅਤੇ ਮੱਛੀ ਨਾਲ ਵੀ ਭੈੜਾ ਸਾਡਾ ਹਾਲ ਹੈ, ਮੱਛੀ ਨਾਲ ਵੀ ਭੈੜਾ ਹਾਲ ਹੈ। ਤੁਸੀਂ ਦੇਖੋ ਭਾਈ ਗੁਰਦਾਸ ਜੀ ਨੇ ਹੋਰ ਵੀ ਹੁਣ ਮੱਛੀ ਦਾ ਦੱਸਿਆ, ਮੱਛੀ ਹੈ ਜਿਹੜੀ ਪਾਣੀ ਨੂੰ ਪਿਆਰ ਕਰਦੀ ਹੈ, ਪਾਣੀ ਮੱਛੀ ਨੂੰ ਪਿਆਰ ਨਹੀਂ ਕਰਦਾ, ਪਾਣੀ ਮੱਛੀ ਨੂੰ ਪਿਆਰ ਨਹੀਂ ਕਰਦਾ। ਜਿੰਨਾ ਮਰਜ਼ੀ ਪਾਣੀ ਹੋਵੇ ਮੱਛੀ ਜੇ ਡੁੱਬਦੀ ਹੈ, ਪਾਣੀ ਬਚਾ ਨਹੀਂ ਸਕਦਾ ਮੱਛੀ ਨੂੰ। ਜੇ ਕੁੰਡੀ ਲੱਗ ਜਾਂਦੀ ਹੈ ਨਾ ਤਾਂ ਪਾਣੀ, ਜਿੰਨਾ ਮਰਜ਼ੀ ਮੱਛੀ ਚੀਕਾ ਮਾਰੇ ਪਾਣੀ ਮੱਛੀ ਨੂੰ ਬਚਾ ਨਹੀਂ ਸਕਦਾ। ਸ਼ਿਕਾਰੀ ਕੱਢ ਕੇ ਖਾਏ, ਖਾਏਗਾ ਹੀ ਖਾਏਗਾ ਮੱਛੀ। ਪਰ ਤੁਸੀਂ ਦੇਖੋ ਭਾਈ ਗੁਰਦਾਸ ਦਾ ਅੜਾਵਾ ਹੈ ਦੁਨੀਆਂ ਦੇ ਗੁਰੂ ਨੂੰ ਪਿਆਰ ਕਰਨ ਵਾਲੇ ਸਿੱਖਾਂ ਨੂੰ ਕਿ ਗੁਰੂ ਕੇ ਸਿੱਖਾ ਤੇਰੇ ਨਾਲੋਂ ਮੱਛੀ ਚੰਗੀ ਜਿਹੜੀ ਅਜੇ ਤੱਕ ਪਾਣੀ ਨੂੰ ਪਿਆਰ ਕਰ ਰਹੀ ਹੈ, ਉਹਨੇ ਉਹਦੀ ਕੁੱਲ ਅਜੇ ਤੱਕ ਪਾਣੀ ਨੂੰ ਪਿਆਰ ਨਹੀਂ ਕਰਨਾ ਛੱਡਿਆ, ਅਤੇ ਤੈਨੂੰ ਗੁਰੂ ਲੋਕ ਵਿੱਚ ਵੀ ਤਾਰਦਾ, ਪਰ ਲੋਕ ਵਿੱਚ ਵੀ ਤਾਰਦਾ, ਅਤੇ ਤੂੰ ਗੁਰੂ ਨੂੰ ਫਿਰ ਬੇਤਾਰਦਾ ਨਹੀਂ ਕਰਨਾ, ਤੈਨੂੰ ਫਿਰ ਵਾਅਦਾ ਕਰਦਾ ਵੀ ਨਾਮ ਜਪ ਤੈਨੂੰ ਮੈਂ ਸਾਰਾ ਕੁਛ ਦਊਂ, ਤੂੰ ਫਿਰ ਗੁਰੂ ਦੀ ਗੱਲ ਨਹੀਂ ਮੰਨਦਾ, ਤੂੰ ਫਿਰ ਖਾਣ ਪੀਣ ਦੇ ਦੁਆਲੇ ਹੋਇਆ ਕਰਨਾ। ਮੱਛੀ ਦਾ ਦੋ ਜੀਵ ਦਾ ਦੋ, ਤੀਜਾ ਪਤੰਗ, ਪਤੰਗ ਕਹਿੰਦੇ ਨੇ ਅੱਖਾਂ ਦਾ ਦੋਸ਼, ਭੌਰਾ ਜਿਹੜਾ ਉਹ ਅੱਗ ਦੇ ਦੁਆਲੇ ਜਾਂਦਾ, ਜਿੱਥੇ ਵੀ ਦੀਪਕ ਬਣੇ ਤੁਸੀਂ ਗਰਮੀਆਂ ਦੇ ਵਿੱਚ ਦੇਖੋ ਜਿੱਥੇ ਬਲਬ ਮੱਚਦਾ ਨਾ ਉਹ ਸਾਰੇ ਉਹਦੇ ਉੱਤੇ ਚੰਨ ਦੇ ਆ ਕੇ ਆ ਕੇ ਮਰੀ ਜਾਂਦੇ, ਉਹ ਦੇਖ ਕੇ ਅੱਗ ਨੂੰ ਦੇਖ ਕੇ ਇੰਨਾ ਪਿਆਰ ਕਰਦਾ ਅਗਨੀ ਨੂੰ, ਉਹ ਉਹਦੇ ਉੱਤੇ ਸੜ ਮਰਦਾ, ਜਾਨ ਦੇ ਦਿੰਦਾ। ਹੁਣ ਦੇਖਣ ਅੱਖਾਂ ਦਾ ਦੋਸ਼ ਹੈ ਜਿਹੜਾ ਦੇਖਣ ਦਾ ਕਰਾਉਣ, ਤੁਸੀਂ ਅੰਦਾਜ਼ਾ ਲਾ ਲਓ ਵੀ ਟੈਲੀਵਿਜ਼ਨ ਜਿਹੜੇ ਆ ਸਾਡੇ ਘਰ ਘਰ ਬੱਚਿਆਂ ਦੇ ਆਈ ਟੱਚ ਆ ਗਏ, ਆਈਫੋਨ ਆ ਗਏ, ਇਹ ਘਰ ਘਰ ਬਿਮਾਰੀ ਆ। ਬਿਮਾਰੀ ਮੈਂ ਤਾਂ ਕਹਿਣਾ ਵੀ ਇਹਦੀ ਗਲਤ ਯੂਜ਼, ਜਦੋਂ ਗਲਤ ਯੂਜ਼ ਕਰਦੇ ਹਾਂ ਫਿਰ ਬਿਮਾਰੀ ਹੈ, ਜਦੋਂ ਸਹੀ ਯੂਜ਼ ਕਰਦੇ ਫਿਰ ਠੀਕ ਹੈ। ਪਰ ਹੁਣ ਜਦੋਂ ਬਹੁਤੀ ਵੱਡੀ ਬਿਮਾਰੀ ਬਣਾ ਲਈ, ਬੱਚੇ ਸਾਡੇ ਹੱਥੋਂ ਬਾਹਰ ਜਾਣ ਲੱਗ ਗਏ, ਹੁਣ ਅੱਗੇ ਵੇਸਵਾਵਾਂ ਦੇ ਅੱਡੇ ਹੁੰਦੇ ਸੀ, ਲੋਕ ਧੱਕੇ ਖਾਂਦੇ ਸੀ ਉੱਥੇ ਜਾ ਕੇ, ਹੁਣ ਇਹ ਘਰ ਘਰ ਵੇਸਵਾ ਦੇ ਅੱਡੇ ਆ ਗਏ। ਬਿਲੀਅਨ ਡਾਲਰ ਹੈ ਜਿਹੜਾ ਉਹ ਇਹ ਇੰਟਰਨੈਟ ਰਾਹੀਂ ਬੱਚਿਆਂ ਨੂੰ ਖਰਾਬ ਕਰਨ ਖਾਤਰ, ਕਰੋੜ ਬੰਦਿਆਂ ਨੂੰ ਖਰਾਬ ਕਰਨ ਖਾਤਰ ਇੰਟਰਨੈਟ ਦੇ ਉੱਤੇ ਵਰਤਿਆ ਜਾ ਰਿਹਾ। ਪਰ ਦੁਨੀਆਂ ਕੰਮਲੀ ਬਣ ਰਹੀ ਹੈ, ਇਹ ਦੇਖਣ ਦਾ ਦੋਸ਼ ਹੈ, ਇਹ ਦੇਖਣ ਦਾ ਦੋਸ਼ ਹੈ। ਗੁਰੂ ਦੇ ਦਰਸ਼ਨ ਕਰੋ, ਸਾਧ ਸੰਗਤ ਦੇ ਦਰਸ਼ਨ ਕਰੋ, ਕਿੰਨਾ ਕੁਛ ਮਿਲਦਾ ਹੈ, ਇਹਦੇ ਵਿੱਚੋਂ ਕੀ ਮਿਲਦਾ ਦੱਸੋ? ਪਾਪ ਮਿਲਦੇ ਨੇ, ਵਿਕਾਰ ਮਿਲਦੇ ਨੇ, ਮਨ ਗੰਦਾ ਹੁੰਦਾ, ਮਨੁੱਖ ਇਹ ਨਹੀਂ ਸਮਝਦਾ। ਅੱਗੇ ਆ ਭੌਰਾ, ਭਰਿੰਗ, ਭੌਰਿੰਗ ਕਹਿੰਦੇ ਨੇ ਭਰਿੰਗ, ਕਾਲੇ ਰੰਗ ਦਾ ਹੁੰਦਾ ਇਹ ਭਰਿੰਗ, ਇਹ ਨਾਸਕਾਂ ਦਾ ਦੋਸ਼ ਹੈ, ਇਹ ਮਾਨਸਾ ਦੇ ਜੰਗਲ ਵਿੱਚ ਜੰਮਦਾ, ਉੱਥੇ ਜਨਮ ਲੈ ਕੇ ਇਹ ਜਿਉਂ ਫੁੱਲ ਦੀ ਖੁਸ਼ਬੋ ਖਾਤਰ ਤੁਰਦਾ ਅਤੇ ਅਹੀਰ ਨੂੰ ਇਹ ਫੁੱਲ ਨੂੰ ਲੱਭ ਲੈਂਦਾ, ਕਵਨ ਫੁੱਲ 'ਤੇ ਬਹਿੰਦਾ ਬਹੁਤਾ ਇਹ, ਅੱਜ ਇਹਨੂੰ ਲਿਲੀ ਫਲਾਵਰ ਕਹਿੰਦੇ ਨੇ, ਲੋਟਸ ਫਲਾਵਰ ਕਹਿੰਦੇ ਨੇ, ਇਹ ਆਮ ਬਾਜ਼ਾਰਾਂ 'ਚ ਮਿਲ ਜਾਂਦਾ, ਹਾਰਡਵੇਅਰ ਸਟੋਰ 'ਤੇ ਮਿਲ ਜਾਂਦਾ, ਚਿੱਕੜ ਦੇ ਵਿੱਚੋਂ ਇਹ ਉੱਗਦਾ, ਬੜਾ ਸੁੰਦਰ ਫੁੱਲ ਹੁੰਦਾ, ਜਿਵੇਂ ਕੱਟ ਕੇ ਬਣਾਇਆ ਹੁੰਦਾ ਐਸਾ ਹੁੰਦਾ, ਖਿੜ ਜਾਂਦਾ, ਸ਼ਾਮ ਨੂੰ ਜਦੋਂ ਬੰਦ ਹੁੰਦਾ ਕੋਰਾ ਜਦੋਂ ਉੱਠਦਾ ਹੀ ਨਹੀਂ ਹੈ, ਇੰਨੀ ਖੁਸ਼ਬੂ ਉਹਦੇ ਵਿੱਚ ਆਉਂਦੀ ਹੈ, ਅਤੇ ਸ਼ਾਮ ਨੂੰ ਜਦੋਂ ਬੰਦ ਹੁੰਦਾ ਜਦੋਂ ਘੁੱਟ ਜਾਂਦਾ, ਜੋਰ ਨਾਲ ਪੁੱਟਿਆ ਜਾਂਦਾ ਤਾਂ ਵਿੱਚ ਇਹਦੇ ਪ੍ਰਾਣ ਨਿਕਲ ਜਾਂਦੇ, ਖੁਸ਼ਬੂ ਦੇ ਦੋਸ਼ ਨਾਲ ਇਹ ਮਾਰਿਆ ਗਿਆ। ਕੁੰਚਰ, ਕੁੰਚਰ ਕਹਿੰਦੇ ਨੇ ਹਾਥੀ ਨੂੰ, ਇਹਨੂੰ ਕਾਮ ਦਾ ਦੋਸ਼ ਹੈ, ਇਹ ਜਦੋਂ ਇਹਨੂੰ ਫੜਦੇ ਨੇ ਨਾ ਟੋਆ ਪੱਟ ਲੈਂਦੇ ਨੇ ਵੱਡਾ ਸਾਰਾ, ਉੱਤੇ ਘਾਹ ਫੂਸ ਵਿਛਾ ਦਿੰਦੇ ਨੇ, ਤੇ ਉੱਤੇ ਲੱਕੜੀ ਦੀ ਕਾਠ ਦੀ ਹਥਣੀ ਹੈ ਜਿਹੜੀ ਕੋਲੇ ਜੇ ਲੱਕੜੀ ਦੀ, ਉਹ ਬਿਠਾ ਦਿਖਾ ਦਿੰਦੇ ਨੇ, ਇਹ ਕਾਮ ਦੇ ਵਿੱਚ ਚੰਨਾ ਹੋਇਆ। ਇਹ ਨਹੀਂ ਕਹਿੰਦਾ ਵੀ ਇਹ ਹਥਣੀ ਹੈ ਜਿਹੜੀ ਅਸਲੀ ਹੈ ਕਿ ਲੱਕੜੀ ਹੈ। ਹੁਣ ਤੁਸੀਂ ਦੇਖੋ ਵੀ ਬੰਦੇ ਦੀ ਵਾਸ਼ਨਾ ਹੈ ਜਿਹੜੀ ਨਾ, ਵਾਸ਼ਨਾ ਐਸੀ ਹੈ ਉਹ ਅਸਲੀਅਤ ਨੂੰ ਇਹਦੇ ਮਨ ਦੇ ਵਿੱਚੋਂ ਗੁੰਮ ਕਰ ਦਿੰਦੀ ਹੈ, ਉਹ ਇਹ ਨਹੀਂ ਪਤਾ ਲੱਗਦਾ ਵੀ ਮੇਰੇ ਖਾਤਰ ਇਹ ਗੱਲ ਠੀਕ ਹੈ ਅਤੇ ਗਲਤ ਹੈ, ਮੇਰੇ ਕੋਲ ਪਤਾ ਨਹੀਂ ਲੱਗਦਾ ਹੈ। ਸੋ ਹਾਥੀ ਆਉਂਦਾ ਹੈ ਹਥਣੀ ਨੂੰ ਦੇਖ ਕੇ ਬੱਸ ਦੇ ਵਿੱਚ, ਕਾਮ ਦੇ ਬੱਸ ਦੇ ਵਿੱਚ, ਜਦੋਂ ਟੋਏ ਦੇ ਵਿੱਚ ਡਿੱਗ ਪੈਂਦਾ ਇਹਨੂੰ ਦਸ ਦਿਨ ਮੀਨਾ ਭੁੱਖਾ ਰੱਖਦੇ ਨੇ, ਫਿਰ ਇਹਦੀਆਂ ਅੱਖਾਂ 'ਚ ਨੀਲਾ ਥੋਥਾ ਪਾਉਂਦੇ ਨੇ, ਫਿਰ ਇਹਨੂੰ ਕੁੰਡੇ ਨਾਲ ਕਾਬੂ ਕਰਕੇ ਇਹਨੂੰ ਆਪਣੇ ਬੱਸ ਦੇ ਵਿੱਚ ਮਹਾਵਤ ਕਰ ਦਿੰਦਾ, ਸਾਰੀ ਉਮਰ ਇਹ ਮਹਾਵਤ ਦੇ ਕੰਟਰੋਲ ਵਿੱਚ ਰਹਿੰਦਾ। ਐਡੀ ਵੱਡੀ ਤਾਕਤ ਦਾ ਮਾਲਕ ਇੰਨਾ ਕਿ ਕੁੰਡਾ ਦਿਖਾ ਦਿੰਦੇ ਨੇ, ਜਿੱਧਰ ਮਰਜ਼ੀ ਲਾ ਲਓ ਵੀ ਡਾਂਸ ਸਰਕਸਾਂ ਵਿੱਚ ਡਾਂਸ ਕਰਦਾ, ਅਤੇ ਇਹ ਬੜੇ ਬੜੇ ਭਾਰ ਢਾਉਂਦਾ ਹੈ, ਮਹਾਵਤ ਦੇ ਕਹੇ ਅਨੁਸਾਰ ਤੁਰਦਾ। ਅਤੇ ਭਗਤ ਰਵਿਦਾਸ ਜੀ ਦੀ ਦਲੀਲ ਦੇਖੋ, ਮਿਰਗ, ਮੀਨ, ਭਰਿੰਗ, ਪਤੰਗ, ਕੁੰਚਰ, ਇੱਕ ਦੋਖ ਵਿਨਾਸ਼, ਇਹ ਇੱਕ ਇੱਕ ਦੋਖ ਕਰਕੇ ਵਿਨਾਸ਼ ਨੇ, ਇੱਕ ਇੱਕ ਇੰਦਰੀ ਨੇ ਇਹਨਾਂ ਨੂੰ ਮਾਰਿਆ, ਪੰਜ ਦੋਖ ਅਸਾਧ ਜਾ ਮੈਂ ਤਾਂ ਕੀ ਕਿਤ ਪਿਆਸ, ਤੇਰੇ 'ਚ ਪੰਜੇ ਹੀ ਨਹੀਂ, ਮਨੁੱਖ ਦੇ ਵੀ ਪੰਜ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ,
ਪੰਜੇ ਮਨੁੱਖ ਦੇ ਵਿੱਚ ਨੇ, ਕਹਿੰਦੇ ਤੂੰ ਪੰਜਾਂ ਤੋਂ ਕਿਵੇਂ ਵਰਗਿਆ ਹੋਊਗਾ, ਇਹਨੇ ਇੱਕ ਇੱਕ ਨੂੰ ਇੱਕ ਇੱਕ ਨੇ ਖਾ ਲਿਆ, ਤੇਰੇ ਅੰਦਰ ਪੰਜ ਨੇ ਤੇਰਾ ਬਚਾ ਕਿਵੇਂ ਕਿਵੇਂ ਬਚੇਗਾ। ਹਜੇ ਲੋਕ ਕਹਿ ਦਿੰਦੇ ਨੇ ਮੇਰਾ ਜੀਵਨ ਚੰਗਾ ਨਹੀਂ, ਮੈਂ ਬਿਨਾਂ ਗੁਰੂ ਤੋਂ ਮੈਨੂੰ ਮੈਂ ਚੋਰੀ ਨਹੀਂ ਕਰਦਾ, ਜਾਰੀ ਨਹੀਂ ਕਰਦਾ, ਖਾਸ ਨਹੀਂ ਕਰਦਾ, ਮੈਨੂੰ ਅਮਰ ਛਕਣ ਦੀ ਕੀ ਲੋੜ ਹੈ, ਮੈਨੂੰ ਗੁਰੂ ਕੋਲ ਜਾਣ ਦੀ ਕੋਲ ਕੀ ਲੋੜ ਹੈ। ਬੰਦੇ ਨੂੰ ਪੁੱਛੋ ਵੀ ਕਾਮ ਤੇ ਕਿਵੇਂ ਬਚੇਗਾ, ਸ਼ਰਾਬ ਤੇ ਕਿਵੇਂ ਬਚੇਗਾ, ਪਾਪ ਤੇ ਕਿਵੇਂ ਬਚੇਗਾ, ਉੱਥੇ ਕਿਹੜਾ ਡਾਕਟਰ ਟੀਕਾ ਲਾ ਕੇ ਦੱਸ ਦੂ ਵੀ ਤੂੰ ਪਾਪ ਤੋਂ ਬਚ ਜਾਵੇਂਗਾ। ਜਿਹਨੂੰ ਕਾਮ ਦੀ ਬਿਮਾਰੀ ਚੜੀ ਹੋਈ ਹੈ, ਜਿਹਨੂੰ ਲਾਲਚ ਲੱਗਿਆ ਹੋਇਆ, ਡਾਕਟਰ ਕੋਲ ਜਾਓ, ਕਹੋ ਵੀ ਮੈਂ ਟੀਕਾ ਲਾ ਕੇ ਤੇਰਾ ਕਿਵੇਂ ਇਲਾਜ ਕਰ ਦੂੰ, ਨਾ ਮਾਂ ਪਿਓ ਇਲਾਜ ਕਰ ਸਕਦੇ ਨੇ, ਜਾਂ ਲੱਖਾਂ ਕਰੋੜਾਂ ਰੁਪਈਆ ਤੁਸੀਂ ਕਿਸੇ ਨੂੰ ਦਿਓ, ਉਹ ਵੀ ਨਹੀਂ ਇਲਾਜ ਕਰ ਸਕਦਾ। ਕੌਣ ਇਲਾਜ ਕਰੂਗੇ ਇਹਨਾਂ ਚੀਜ਼ਾਂ ਦਾ, ਕੋਈ ਵੀ ਨਹੀਂ ਕਰ ਸਕਦਾ, ਦੱਸੋ ਕਿਹੜਾ ਕਰ ਸਕਦਾ। ਇਹਦਾ ਇਲਾਜ ਹੈ, ਇਹਦਾ ਇਲਾਜ ਸਤਿਗੁਰੂ ਕੋਲ ਹੈ, ਜਿਹੜਾ ਦੋ ਜਹਾਨ ਦਾ ਬਾਲੀ ਹੈ। ਇਹਦਾ ਇਲਾਜ ਗੁਰੂ ਦੇ ਕੋਲ ਹੈ। ਜੇ ਗੁਰੂ ਦੇ ਕੋਲ ਆ ਕੇ ਮਸਤਕ ਟੇਕ ਦੀਏ ਨਾ, ਗੁਰੂ ਦੇ ਵਸ ਦੇ ਵਿੱਚ ਸਾਰੀਆਂ ਚੀਜ਼ਾਂ ਨੇ, ਫਿਰ ਇਹ ਬੰਦੇ ਦੇ ਵਸ ਵਿੱਚ ਹੋ ਜਾਂਦੀਆਂ। ਫਿਰ ਇਸ ਕਰਕੇ ਕਹਿੰਦੇ ਨੇ ਜਿਹੜਾ ਉਪਦੇਸ਼ ਦਿੱਤਾ ਸ਼ਬਦ ਦੇ ਵਿੱਚ ਆਪ ਜੀ ਨੇ ਭਗਤ ਰਵਿਦਾਸ ਜੀ ਦੇ, ਮਾਧੋ ਵਿਦਿਆ ਹੈ ਤਕੀਰ, ਹੇ ਮਾਧੋ, ਹੇ ਮਾਇਆ ਦੇ ਪਤੀ ਵਾਹਿਗੁਰੂ, ਅਸੀਂ ਅਗਿਆਨ ਨੂੰ ਪਿਆਰ ਕਰ ਬੈਠੇ, ਅਸੀਂ ਤੈਨੂੰ ਛੱਡ ਕੇ ਅਸੀਂ ਆਪਣੀ ਮਨਮਰਜ਼ੀ ਆਪਣੇ ਸਰੀਰ ਨੂੰ ਪਿਆਰ ਕਰ ਬੈਠੇ। ਵਿਵੇਕ ਦੀਪ ਮਲੀਨ, ਜਿਹੜੇ ਵਿਵੇਕ ਕਹਿੰਦੇ ਸੱਚ ਦਾ ਦੀਪ, ਵਿਵੇਕ ਕਹਿੰਦੇ ਡਿਸਕ੍ਰਿਮੀਨੇਟਰੀ ਨਾਲੇਜ, ਉਹ ਗਿਆਨ ਜਿਹਦੇ ਨਾਲ ਸੱਚ ਅਤੇ ਝੂਠ ਵੱਖ ਵੱਖ ਹੋ ਜਾਂਦਾ। ਤੇਰਾ ਚੇਤੇ ਚਰਨਾਂ ਨੂੰ ਛੱਡਣ ਕਰਕੇ ਸਾਡਾ ਵਿਵੇਕ ਦਾ ਦੀਵਾ ਬੁੱਝ ਗਿਆ। ਉਹ ਹਨੇਰੇ ਦੇ ਵਿੱਚ ਕੀ ਹੁੰਦਾ ਹੈ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੁਕਾਰ ਕੇ ਕਹਿ ਰਹੀ ਹੈ, ਅੰਧਕਾਰ ਸੁਖ ਕਹੂ ਨਾ ਸਊ ਹੈ, ਰਾਜਾ ਰੰਗ ਦੋ ਮਿਲ ਰੂ ਹੈ। ਹਨੇਰੇ ਦੇ ਵਿੱਚ ਕੋਈ ਵੀ ਬੰਦਾ ਸੁੱਖ ਨਹੀਂ ਪਾ ਸਕਦਾ, ਚਾਹੇ ਉਹ ਬਾਦਸ਼ਾਹ ਹੈ ਚਾਹੇ ਸੰਗਾਰ ਹੈ। ਜਿਹਦੇ ਮਨ ਦੇ ਵਿੱਚ ਹਨੇਰਾ ਹੈ ਨਾ, ਗੁਰੂ ਤੋਂ ਬਿਨਾਂ ਗੁਰਬਿੰਦ ਕੋਲ ਅੰਧਾਰ, ਗੁਰੂ ਬਿਨ ਸਮਝ ਨਾ ਆਵ, ਗੁਰਬਿੰਦ ਸੁਰਤ ਨਾ ਸਿੱਧ, ਗੁਰੂ ਬਿਨਾਂ ਸੁਰਤ ਹੁੰਦੀ ਹੋਈ ਨਹੀਂ, ਗੁਰੂ ਬਿਨਾਂ ਸਿੱਧੀ ਨਹੀਂ ਪ੍ਰਾਪਤ ਹੁੰਦੀ, ਯੁਕਤ ਨਹੀਂ ਲੱਭਦੀ, ਗੁਰੂ ਤੋਂ ਬਿਨਾਂ ਮਨ ਦੇ ਵਿੱਚ ਹਨੇਰਾ ਹੈ। ਜੇ ਸੋ ਚੰਦਾ ਉਦਵੈ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦੇ ਆ ਗੁਰਬਿੰਦ ਘੋਰ ਅੰਧਾਰ, ਘੋਰ ਅੰਧਾਰਾ ਗੁਰੂ ਤੋਂ ਬਿਨਾਂ, ਗੁਰੂ ਤੋਂ ਬਿਨਾਂ ਪਾਰ ਨਹੀਂ ਪੈ ਸਕਦੀ। ਸੋ ਇਸ ਕਰਕੇ ਇਹ ਵਿਵੇਕ ਦਾ ਦੀਪ ਜੇ ਜਲਾਉਣਾ ਹੈ ਤਾਂ ਸਤਿਗੁਰੂ ਦੀ ਚਰਨ ਛਡਾਉਣਾ ਪਊ। ਅਤੇ ਕਿੰਨੀ ਵੱਡੀ ਦਾਤ ਦਿੱਤੀ ਹੈ ਸਤਿਗੁਰਾਂ ਨੇ, ਨੀਵਿਆਂ ਨੂੰ ਆਪਣੇ ਚਰਨਾਂ ਨਾਲ ਲਾਇਆ। ਚਾਰ ਦਰਵਾਜ਼ੇ ਹਰਿਮੰਦਰ ਸਾਹਿਬ ਦੇ ਰੱਖੇ ਨੇ, ਚਾਰੇ ਮਾਝਵਾਂ ਸੱਤ, ਬ੍ਰਾਹਮਣ ਵੀ ਆ ਸਕਦਾ, ਵੈਸ਼ ਵੀ ਆ ਸਕਦਾ ਹੈ, ਅਤੇ ਖੱਤਰੀ ਵੀ ਆ ਸਕਦਾ, ਸ਼ੂਦਰ ਵੀ ਆ ਸਕਦਾ, ਪੂਰਬ ਤੋਂ ਵੀ ਆ ਸਕਦਾ, ਪੱਛਮ ਤੋਂ ਵੀ ਆ ਸਕਦਾ, ਦੱਖਣ ਤੋਂ ਵੀ ਆ ਸਕਦਾ, ਉੱਤਰ ਤੋਂ ਵੀ ਆ ਸਕਦਾ, ਚਾਰੇ ਮਾਝਵਾਂ ਦੇ ਲੋਕ, ਮੁਸਲਮਾਨ ਵੀ ਆ ਸਕਦਾ, ਹਿੰਦੂ ਵੀ ਆ ਸਕਦਾ, ਸਾਰਿਆਂ ਨੂੰ ਦਿੱਤਾ। ਹੁਣ ਕੈਮਰੋਨ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਆ ਕੇ ਗਿਆ, ਉੱਥੇ ਕਿੰਨਾ ਪ੍ਰਸੰਨ ਹੋਇਆ ਆ ਕੇ, ਉਹਨੂੰ ਕਹਿਣ ਵੀ ਤੂੰ ਮੱਕੇ ਜਾ ਕੇ ਮੱਥਾ ਟੇਕਿਆ, ਅਤੇ ਗਲ ਵੱਢ ਕੇ ਉਹਦਾ ਬ੍ਰਿਟਿਸ਼ ਨੂੰ ਭੇਜ ਦੇਣਗੇ, ਮੱਕੇ ਤਾਂ ਨਹੀਂ ਮੰਨ ਦਿੰਦੇ ਉਹਨੂੰ। ਇਹ ਹਰਿਮੰਦਰ ਸਾਹਿਬ ਹੈ ਜਿੱਥੇ ਉਹ ਕੈਮਰੋਨ ਚਲੇ ਗਿਆ, ਮੱਕੇ ਦਾ ਕੋਈ ਸ਼ੇਖ ਆ ਜਾਵੇ, ਦਰਬਾਰ ਸਾਹਿਬ ਹਰਿਮੰਦਰ ਜੀ ਆਇਆ, ਪਰ ਦਰਬਾਰ ਸਾਹਿਬ ਦਾ ਕੋਈ ਵੀ ਗ੍ਰੰਥੀ ਹੈ ਜਿਹੜਾ, ਕੋਈ ਵੀ ਸਿੰਘ ਜੇ ਮੱਕੇ ਨੂੰ ਜਾਵੇ ਤਾਂ ਕਦੇ ਵੀ ਸਾਊਦੀ ਆਰਮੀਆਂ 'ਚ ਕੋਈ ਵੜ ਨਹੀਂ ਦੇਵੇ। ਇਹ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਿ ਸਾਰਿਆਂ ਨੂੰ ਜਿਹੜਾ ਨਾਮ ਜਪਣ ਵਾਲਾ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਣ, ਉਹ ਸਾਰਿਆਂ ਨੂੰ ਇੱਕ ਪਹਿਚਾਣਿਆ ਗੁਰੂ ਸਾਹਿਬ ਨੇ, ਸਿਰਫ ਕਿਹਾ ਹੀ ਨਹੀਂ ਆਪਣੇ ਲੜ ਲਾਇਆ। ਮੁਸਲਮਾਨ ਵੀ ਮਹਾਰਾਜ ਦੇ ਪੁਜਾਰੀ ਹੋਏ ਨੇ, ਦੇਖੋ ਮੁਸਲਮਾਨ ਨੇ ਜਿਹੜੇ ਉਹਨਾਂ ਨੇ ਔਖੇ ਸਮੇਂ ਮਦਦ ਕੀਤੀ, ਗਨੀ ਖਾਂ ਅਤੇ ਨਬੀ ਖਾਂ ਨੇ ਉਹਨਾਂ ਨੇ ਮਦਦ ਕੀਤੀ। ਮੁਸਲਮਾਨ ਮਦਦ ਕਰਦੇ ਰਹੇ, ਮੁਸਲਮਾਨਾਂ ਦੇ ਖਰਾਬ ਜੰਗ ਚੱਲਦੇ ਨਹੀਂ, ਮੁਸਲਮਾਨ ਮਦਦ ਕਰਦੇ ਰਹੇ, ਕਿੱਡਾ ਵੱਡਾ ਦਾਨ ਦਿੱਤਾ। ਸੋ ਇਹ ਗੱਲਾਂ ਜੀ ਸਾਰਿਆਂ ਨੇ ਯਾਦ ਰੱਖਣੀਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਦ ਅਸੀਂ ਮੱਥਾ ਟੇਕਦੇ ਹਾਂ ਤਾਂ ਜਦੋਂ ਦਰਬਾਰ ਦੇ ਅੰਦਰ ਆਉਣਾ ਨਾ, ਸਾਰੇ ਕਿਸੇ ਦਾ ਅਭਿਮਾਨ ਹੈ ਜਿਹੜਾ, ਜਾਤ ਦਾ, ਪਾਤ ਦਾ, ਧਨ ਦਾ, ਕਰਮ ਦਾ, ਸਾਰੇ ਕਿਸਮ ਦਾ ਅਭਿਮਾਨ ਜਦੋਂ ਜੁੱਤੀ ਲਾਉਣੀ ਹੈ ਉੱਥੇ ਲਾਹ ਕੇ ਰੱਖੇ ਆਉਣਾ, ਇੱਥੇ ਖਾਲੀ ਹੋ ਕੇ ਆਉਣਾ, ਮਨ ਨੂੰ ਖਾਲੀ ਕਰਕੇ ਲਾਉਣਾ। ਸੋ ਬਾਬਾ ਜੀ ਕਹਿੰਦੇ, ਬਾਬਾ ਫਰੀਦ ਜੀ ਬੋਲਦੇ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਬਾਬਾ ਫਰੀਦ ਜੀ ਦੀ ਰਸਨਾ ਰਾਹੀਂ, ਕਿ ਜਿਵੇਂ ਟਿੱਬੇ 'ਤੇ ਮੀਂਹ ਪੈਂਦਾ ਨਾ, ਟਿੱਬਾ ਖਾਲੀ ਦਾ ਖਾਲੀ ਰਹਿੰਦੇ, ਅਤੇ ਥਾਂ ਬਰਸਾਏ ਕਿਹੜੇ ਜਾਂਦੇ ਨੇ ਜਿਹੜੇ ਨੀਵੇਂ ਹੁੰਦੇ,
ਫਰੀਦਾ ਗਰਭ ਜਨਾ ਵਡਿਆਈਆਂ ਟਿੱਬੇ ਜਿਉ ਮੀਹਾ ਹੋ ਖਾਲੀ ਚਲੇ ਖਾਲੀ ਚਲੇ ਧਨੀ ਸਿਓ ਟਿੱਬੇ ਜਿਉ ਮੀਹਾ ਹੋ ਵਾਹਿਗੁਰੂ ਦੇ ਬਖਸ਼ਿਸ਼ ਤੋਂ ਬੰਦਾ ਖਾਲੀ ਚਲਿਆ ਜਾਂਦਾ ਹੈ ਜਿਹੜਾ ਹੰਕਾਰ ਦੇ ਟਿੱਬੇ ਤੇ ਚੜ੍ਹ ਕੇ ਆਉਂਦਾ ਕਦੇ ਵੀ ਗੁਰੂ ਦਰਬਾਰ ਵਿੱਚ ਹੰਕਾਰੀ ਬਣ ਕੇ ਨਹੀਂ ਆਉਣਾ ਜਾਤ ਦਾ ਪਾਤ ਦਾ ਕਰਮ ਦਾ ਧਰਮ ਦਾ ਕਿਸੇ ਦਾ ਵੀ ਮਾਣ ਨਹੀਂ ਲੈ ਕੇ ਆਉਣਾ ਇੱਥੇ ਗੁਰੂ ਦਰਬਾਰ ਦੇ ਵਿੱਚ ਆਪਣੇ ਮਨ ਨੂੰ ਨੀਵਾਂ ਬਣਾ ਕੇ ਲਿਆਉਣਾ ਜਿਹੜਾ ਨੀਵਾਂ ਬਣਾ ਕੇ ਲਿਆਉਂਦਾ ਹੈ ਉਹ ਫਿਰ ਬਖਸ਼ਿਸ਼ਾਂ ਦੇ ਨਾਲ ਇਸ ਝੋਲੀਆਂ ਭਰ ਕੇ ਲੱਗ ਕੇ ਜਾਂਦਾ ਹੈ ਸੋ ਇਹ ਗੱਲਾਂ ਤੁਸੀਂ ਸਾਰਿਆਂ ਨੂੰ ਯਾਦ ਰੱਖਣੀ ਜਦ ਗੁਰੂ ਦਰਬਾਰ ਦੇ ਵਿੱਚ ਆਈਏ ਆਪਣਾ ਪੱਲਾ ਜਦ ਖੋਲ ਕੇ ਜਾਏਗੀ ਇਸ ਪੱਲੇ ਦੇ ਵਿੱਚ ਮੈਂ ਝਾੜ ਕੇ ਪੀ ਲਿਆ ਲੈ ਕੇ ਗੁਰੂ ਦਰਬਾਰ ਦੇ ਵਿੱਚੋਂ ਪੀ ਲਿਆ ਪ੍ਰਸ਼ਾਦੇ ਤਾਂ ਸਾਨੂੰ ਬਹੁਤ ਵਧੀਆ ਮਿਲਦੇ ਨੇ ਲੰਗਰ ਦਾ ਕੋਈ ਅੰਤ ਨਹੀਂ ਵੀਹ ਤੀਹ ਸਾਲ ਤਾਂ ਮੈਨੂੰ ਹੋ ਗਏ ਇੱਥੇ ਇੰਨਾ ਲੰਗਰ ਗੁਰੂ ਦੀ ਸੰਗਤ ਸੁੰਦਰ ਬਣਾਉਂਦੀ ਹੈ ਜਿਹਦਾ ਅੰਤ ਤੁਰੀ ਉਹ ਬਹੁਤ ਸੁੰਦਰ ਲੰਗਰ ਪ੍ਰਾਪਤ ਹੁੰਦਾ ਹੈ ਉਹ ਸਾਰਿਆਂ ਨੂੰ ਯਾਦ ਹੁੰਦਾ ਹੈ ਪਰ ਆਪਾਂ ਘਰ ਨੂੰ ਜਾਣ ਲੱਗੇ ਇਹ ਯਾਦ ਕਰਿਆ ਵੀ ਅੱਜ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਹਾਰਾਜ ਦਾ ਹੁਕਮਨਾਮਾ ਕੀ ਹੈ ਉਸ ਹੁਕਮਨਾਮੇ ਨੂੰ ਮੈਂ ਸਾਂਭ ਕੇ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਲੈ ਕੇ ਜਾਵਾਂ ਸਭ ਤੋਂ ਵੱਡੀ ਚੀਜ਼ ਇਹ ਅਸੀਂ ਲੈ ਕੇ ਜਾਣੀ ਹੈ ਇੱਥੋਂ ਸੋ ਅੱਜ ਦਾ ਦਿਨ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸਾਡੇ ਖਾਤਰ ਇਹ ਬਹੁਤ ਵੱਡਾ ਦਾਨ ਹੈ ਨੀਵਿਆਂ ਨੂੰ ਉੱਚੇ ਚੱਕਣ ਵਾਲਾ ਦਿਨ ਹੈ ਜੇ ਆਪਣੇ ਤੋਂ ਜੇ ਅਸੀਂ ਨੀਵੇਂ ਹਾਂ ਤਾਂ ਅਸੀਂ ਗੁਰੂ ਦੇ ਸੰਗ ਬੈਠੇ ਸਾਡੇ ਅੰਦਰ ਗੁਰੂ ਸੰਗ ਹੈ ਜੇ ਉੱਚੇ ਹੈ ਤਾਂ ਆਪਣੀ ਉੱਚਾਪਣ ਝਾੜ ਕੇ ਗੁਰੂ ਦੇ ਚਰਨਾਂ ਦੇ ਉੱਤੇ ਜੁੜ ਜਾ ਤੋ ਸਤਿਗੁਰੂ ਮੇਰਾ ਕਰਨ ਇਹਨਾਂ ਵਿਚਾਰਾਂ ਨੂੰ ਸਾਡੇ ਮਨ ਦੇ ਅੰਦਰ ਵਸਾਉਣ ਤੇ ਅਸੀਂ ਗੁਰੂ ਗੁਰੂ ਜਪਦੇ ਗੁਰੂ ਦੀ ਖੁਸ਼ੀ ਪ੍ਰਾਪਤ ਕਰ ਸਕੀਏ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰ ਲਈਓ ਆਓ ਫਤਿਹ ਬੁਲਾ ਕੇ ਆਸਰਾ ਮੰਗੀਏ ਗੁਰੂ ਚਰਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ